ਨਹੀਂ ਮੈਂ ਤਾਂ ਹੌਂਸਲਾ ਇੰਨਾ ਭਰ ਗਿਆ ਜੀ, ਮੈਂ ਤਾਂ ਬਿਮਾਰ ਹੋ ਗਿਆ ਅਸੀਂ ਤਾਂ ਡਾਕਟਰ ਕੋਲ ਗਏ ਆ। ਮੈਂ ਕਿਹਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੁਛ ਕੀ ਹੁੰਦਾ ਹੈ, ਜਿਹੜੇ ਉਹ ਲਾਉਂਦੇ ਨੇ ਡਾਕਟਰ ਟੈਸਟ ਵਾਲੀਆਂ ਉਂਗਲਾਂ ਉਂਗਲਾਂ ਦੇ ਸਾਰਾ ਕੁਛ, ਉਹ ਵੱਡੀ ਜਿਹੀ ਮਸ਼ੀਨ ਵਿੱਚੋਂ ਲੰਘਾ ਤਾ ਮੈਨੂੰ ਉਹਨਾਂ ਨੇ, ਉਹ ਕਹਿੰਦੇ ਤੂੰ ਤਾਂ ਇੱਕ ਨੰਬਰ ਆ, ਤੈਨੂੰ ਕੁਛ ਨਹੀਂ ਹੋਇਆ। ਤੇ ਰਾਕਾ, ਬਾਲਾਂ ਦਾ ਸਿਸਟਮ, ਤੁਹਾਡੇ ਬਾਲ ਬਹੁਤ ਫੋਲੋ ਕਰ ਰਹੇ, ਤੁਹਾਡੇ ਹੇਅਰ ਕਲਰ, ਤੁਹਾਡਾ ਬਾਲਾਂ ਨੂੰ ਹਿਲਾਉਣ ਦਾ ਤਰੀਕਾ? ਸ਼ੁਰੂ ਤੋਂ ਇਹ ਪੁੱਠੇ ਸਿੱਧੇ ਵਾਲ ਕਟਾਉਣ ਦਾ ਬੜਾ ਸ਼ੌਂਕ ਹੁੰਦਾ ਜੀ। ਮੈਂ ਜੀ ਪੰਜਵੀਂ ਛੇਵੀਂ 'ਚ ਸਟੇਟ ਕਲਾ ਰਹੇ ਸੀ ਬਾਲ ਦੀ ਸਟੇਟ। ਅੱਛਾ, ਜਦੋਂ ਗਜਨੀ ਫਿਲਮ ਆਈ ਗਜਨੀ ਕੱਟ ਪਵਾ ਲਏ, ਮੈਂ ਤਾਂ ਸਕੂਲੋਂ ਬੜੇ ਚਿੱਤਰ ਖਾਂਦਾ ਰਿਹਾ। ਜਦੋਂ ਤੁਹਾਡਾ ਗਾਣਾ ਆਇਆ ਹੈ ਨਾ, ਉਸ ਤੋਂ ਬਾਅਦ ਫੈਮਿਲੀ ਦਾ, ਰਿਸ਼ਤੇਦਾਰਾਂ ਦਾ ਕੀ ਰਿਸਪੋਂਸ ਸੀ, ਕਿਸ ਤਰ੍ਹਾਂ ਦੇ ਫੋਨ ਕਾਲਸ ਆਉਣੇ ਸਟਾਰਟ ਹੋਏ? ਗੀਤ ਤੋਂ ਪਹਿਲਾਂ ਮੈਂ ਮਿਊਜ਼ਿਕ ਕਰਦਾ ਸੀਗਾ ਜੀ। ਜੀ, ਬਟ ਉਹ ਤਾਂ ਐਜ਼ ਅ ਮਿਊਜ਼ਿਕ ਡਾਇਰੈਕਟਰ ਸੀ। ਹਾਂਜੀ, ਮਿਊਜ਼ਿਕ ਡਾਇਰੈਕਟਰ ਸੀ। ਤੁਸੀਂ ਪਹਿਲੇ ਕਰਨ ਰੰਧਾਵਾ ਦੇ ਗਾਣੇ ਡਾਇਰੈਕਟ ਕੀਤੇ ਨੇ, ਮਿਊਜ਼ਿਕ ਡਾਇਰੈਕਟ, ਸੋ ਤੁਸੀਂ ਬਹੁਤ ਹਿੱਟ ਨੰਬਰਸ ਦਿੱਤੇ ਉਹਨਾਂ ਦੇ, ਝਾਂਜਰਾ ਹੋ ਗਿਆ, ਫੁਲਕਾਰੀ ਹੋ ਗਿਆ, ਉਦੋਂ ਇੱਕ ਫੀਲ ਆ ਗਿਆ ਸੀ ਤੁਹਾਡੇ ਅੰਦਰ ਵੀ ਹਾਂ ਬਈ ਮੈਂ ਇਹਨਾਂ ਗਾਣਿਆਂ ਨੂੰ ਮਿਊਜ਼ਿਕ ਦਿੱਤਾ? ਪੈਸੇ ਤੇ ਮੇਰੇ ਗੁਜ਼ਾਰੇ ਜੋਗੇ ਬਣ ਜਾਂਦੇ ਸੀ ਜੀ, ਮੈਂ ਤਾਂ ਪੂਰਾ ਖੁਸ਼ ਹੁੰਦਾ ਸੀ ਉਹਦੇ ਵਿੱਚ ਵੀ, ਚੱਲ ਵਧੀਆ ਗੁਜ਼ਾਰਾ ਚੱਲੀ ਜਾਂਦਾ। ਦੀਪਕ ਢਿੱਲੋਂ ਜੀ ਪਹਿਲੀ ਚੋਇਸ ਸੀ ਡੂਇਟ ਵਾਸਤੇ? ਸਲਾਹ ਜੀ ਸਾਰਿਆਂ ਦੀ ਵਧੀਆ, ਉਹਨਾਂ ਨਾਲ ਮੇਰੀ ਵਧੀਆ ਪਿਆਰ ਸੀਗਾ ਜੀ, ਉਹਨਾਂ ਨੂੰ ਉਹਨਾਂ ਦੇ ਭਰਾ ਨਾਲ ਜੀ। ਜਦੋਂ ਇਸ ਗੀਤ ਦੇ ਲਈ ਤੁਸੀਂ ਇੱਕ ਏਜ ਨੰਬਰ ਨੂੰ ਲੈ ਕੇ ਟਰੋਲ ਹੋਏ ਹੋ ਵੀ ਮੇਚ ਦਾ ਨਹੀਂ ਹੈਗੀ ਜੋੜੀ ਜਾਂ ਜੋ ਵੀ ਚੀਜ਼ਾਂ, ਹੈ ਨਾ, ਹੁਣ ਮੈਂ ਤਾਂ ਸਮਾਂ ਕੇ ਉਹ ਚੀਜ਼ ਕੀਤੀ ਆ ਜੀ, ਉਹਨਾਂ ਨੇ ਮੇਰੇ ਬਰੋਬਰ ਹੀ ਗਾਇਆ ਸੀਗਾ ਜੀ ਮੇਰਾ, ਮੈਂ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੀ। ਜੀ, ਪਰ ਲੋਕਾਂ ਨੂੰ ਸਵਾਲ ਉਹਨਾਂ ਨੂੰ ਕਰਨਾ ਚਾਹੀਦਾ ਜਿਹਨਾਂ ਦੀ ਆਪ ਦੀ ਉਮਰ 30-35-40-40 ਸਾਲ ਆ, ਕੁੜੀ ਐਡੀ ਸੁਨੱਖੀ ਲੈ ਲੈਂਦੇ ਜੀ, ਨਾਲ ਹਿਸਾਬ ਵੀ ਕੋਈ ਨਹੀਂ ਗਾ। ਲੋਕ ਨਾ ਕਲਾਕਾਰਾਂ ਨੂੰ ਰੱਬ ਤੇ ਹੀ ਬਣਾ ਦਿੰਦੇ ਆ ਜੀ, ਕਲਾਕਾਰਾਂ ਨੂੰ ਮਤਲਬ ਇੰਨੀ ਚੀਜ਼ ਆਈਡਲ ਮੰਨ ਲੈਂਦੇ ਕਲਾਕਾਰਾਂ ਨੂੰ। ਬਟ ਲੜਨਾ ਪਤਾ ਕਿਹਨਾਂ ਕਰਕੇ ਆ ਜੀ, ਹੁਣ ਮੇਰੇ ਗਾਣੇ ਥੱਲੇ ਕਿਸੇ ਨੇ ਕੋਈ ਕਮੈਂਟ ਕਰਤਾ ਜੀ, ਮੇਰਾ ਦੋਸਤ ਆ ਬੈਠਿਆ ਜੀ, ਦਿਖਾਵੇ ਕਹਿੰਦਾ ਵੀ ਤੈਨੂੰ ਕਿਸੇ ਨੇ ਗਾਲ ਕੱਢੀ ਆ, ਉਹਨੂੰ ਥੱਲੇ ਕਹਿੰਦੇ 4 ਗਾਲਾਂ ਕੱਢਤੀਆਂ ਤੇਰੇ ਕਰਕੇ। ਮੈਂ ਕਿਹਾ ਮੈਂ ਨਹੀਂ ਚਾਹੁੰਦਾ ਯਾਰ ਮੇਰੇ ਪਿੱਛੇ ਲਾਹਨੇ, ਮੈਂ ਇਹਨਾਂ ਦੇ ਕਦੇ ਦਾਣੇ ਦੁੱਧ ਚਿੜਦਾ ਮੈਂ ਕੀ ਸਵਾਰਦਾ ਇਹਨਾਂ ਦਾ। ਵੀ ਕਲਾਕਾਰ ਤਾਂ ਜੀ ਦੇਖੋ ਆਪਦਾ ਕੋਠੀਆਂ ਮਹਿਲ ਬਣਾ ਲੈਂਦੇ ਆ ਜੀ, ਲੋਕਾਂ ਦਾ ਕੁਛ ਨਹੀਂ ਜੀ, ਜਿੰਨਾ ਲੋਕ ਇਹਨਾਂ ਨੂੰ ਇੱਜ਼ਤ ਦਿੰਦੇ ਆ ਨਾ ਜੀ, ਮੈਨੂੰ ਉਹ ਚੀਜ਼ ਬੜੀ ਚੁੱਭਦੀ ਆ, ਮੈਂ ਨਹੀਂ ਉਹ ਚੀਜ਼ ਚਾਹੁੰਦਾ। ਝੂਠੇ ਤਾਂ ਝੂਠ ਮਾਰੇ ਪਖੰਡੀ ਬਾਬਿਆਂ ਦਾ ਕੰਮ ਹੁੰਦਾ ਜੀ, ਜਿੱਦਾਂ ਉਹ ਲੋਕ ਪਿੱਛੇ ਲਾਉਂਦੇ ਆ ਅਸੀਂ ਵੀ ਝੂਠ ਮਾਰ ਕੇ ਲੋਕ ਪਿੱਛੇ ਲਾਉਂਦੇ, ਮੈਂ ਕਹਿੰਦਾ ਲੱਗਣੋਂ ਹਟ ਜਾਣ। ਰਾਕਾ ਕੀ ਸਮਝਦਾ ਆਪਣੇ ਗੀਤਾਂ ਦੇ ਲਈ? ਮੈਂ ਸੋਚਿਆ ਨਹੀਂ ਸੀਗਾ ਜੀ ਇੱਦਾਂ ਚੱਲ ਜਾਣਗੇ। ਹਾਂਜੀ, ਮੈਂ ਕਿੰਨਾ ਕੁ ਪੈਸਾ ਚਾਹੀਦਾ ਜ਼ਰੂਰਤ ਲਈ ਤੁਸੀਂ ਇਸ ਪਾਸੇ ਆਏ ਹੋ ਵੈਸੇ? ਪੈਸਾ ਤਾਂ ਦੱਸਾਂ, ਪੈਸਾ ਤਾਂ ਮੈਨੂੰ ਬਹੁਤ ਚਾਹੀਦਾ, ਪਰ ਮੈਨੂੰ ਆਪਣੇ ਵਾਸਤੇ ਵੀ ਨਹੀਂ ਚਾਹੀਦਾ ਜੀ। ਅੱਛਾ, ਹੁਣ ਮੋਹਰੇ ਮੈਂ ਆ, ਮੇਰੇ ਪਿੱਛੇ ਟੀਮ ਆ ਮੇਰੀ ਇੱਕ ਦੀ ਜੀ, ਜਿਹੜੀ ਬਹੁਤ ਮਿਹਨਤ ਕਰਦੀ ਆ, ਪੈਸੇ ਮੈਂ ਆਪਦੇ ਪਿੰਡ ਤੇ ਲਾਵਾਂ ਜੀ, ਇੱਕ ਦਿਨ ਮਰ ਜਾਣਾ ਜੀ ਪੈਸਾ ਕੋਈ ਨਾ ਲੈ, ਮਤਲਬ ਵਧੀਆ ਹੀ ਆ ਜੀ ਸਾਰਾ ਕੁਝ, ਮੈਨੂੰ ਕੋਈ ਇਹੋ ਜਿਹੀ ਚੀਜ਼ ਨਹੀਂ ਦੀ, ਮੇਰੇ ਤਾਂ ਸਪੋਰਟ ਉਹ ਮੈਨੂੰ ਇੰਡਸਟਰੀ ਵਿੱਚ ਵੀ ਇੱਦਾਂ ਹੀ ਆ ਜੀ, ਮੇਰੀ ਸਪੋਰਟ ਬਹੁਤ ਕਰਦੇ ਆ, ਆਪਦਾ ਨੁਕਸਾਨ ਕਰਾ ਕੇ ਬੰਦੇ ਮੇਰਾ ਫਾਇਦਾ ਕਰਨ ਤੱਕ ਫਿਰ ਦਿੰਦੇ ਆ ਜੀ, ਮੈਨੂੰ ਤਾਂ ਮਤਲਬ ਇੰਨਾ ਫੀਲ ਨਹੀਂ ਹੋਣ ਦਿੱਤਾ ਕਦੀ ਕਿ ਨਹੀਂ ਜੀ, ਮੈਂ ਕੋਈ ਮੂੰਹ ਗੱਲ ਕੱਢ ਦੇਵਾਂ ਅਤੇ ਬੰਦੇ ਉਹ ਪੂਰੇ ਕਰਨ 'ਤੇ ਲੱਗ ਜਾਂਦੇ ਜੀ, ਪਤਾ ਨਹੀਂ ਕਿਉਂ ਲੱਗ ਜਾਂਦੇ, ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ। ਸੱਚੀ ਮੈਨੂੰ ਇੱਦਾਂ ਲੱਗਦਾ ਕਿ ਇੱਥੇ ਥੋੜ੍ਹਾ ਜਿਹਾ ਕੰਮ ਕਿਸੇ ਦਾ ਨਾ ਕਰੋ ਅਤੇ ਉਹ ਬੰਦਾ ਦਿਲ 'ਤੇ ਲੈ ਕੇ, ਹੈ ਨਾ? ਮੈਨੂੰ ਤਾਂ ਜੀ, ਮੈਂ ਤਾਂ ਭਾਵੇਂ ਕੁਛ ਵੀ ਕਰ, ਕੋਈ ਨਹੀਂ ਨਾਰਾਜ਼ ਹੋਇਆ ਕਦੀ ਤੁਹਾਡੇ ਨਾਲ ਵੀ 2 ਸਾਲ ਹੋ ਗਏ ਪੈਸੇ ਵੀ ਦਿੱਤੇ ਤੁਸੀਂ ਗਾਣਾ ਹੀ ਨਹੀਂ ਕੀਤਾ ਸਾਡਾ? ਨਹੀਂ, ਇਹ ਪਤਾ ਨਹੀਂ ਕੀ ਚੱਕਰ, ਮੈਂ ਇੰਨਾ ਤਾਂ ਕੋਈ ਨਾਰਾਜ਼ ਨਹੀਂ ਹੁੰਦਾ ਜੀ, ਮੈਂ ਤਾਂ ਇੰਨਾ ਮੂੰਹ ਕਰਦੇ ਸਾਰੇ ਹਿਸਾਬ ਤੋਂ। ਕਈ ਵਾਰ ਕੀ ਹੁੰਦਾ, ਅਸੀਂ ਜੋ ਨਹੀਂ ਸੋਚਿਆ ਹੁੰਦਾ ਉਹ ਜ਼ਿੰਦਗੀ ਆਪਣੇ ਆਪ ਵਿਖਾਉਂਦੀ ਰਹਿੰਦੀ ਹੈ। ਸਾਨੂੰ ਇੱਦਾਂ ਲੱਗਦਾ ਕਿ ਹਾਂ ਠੀਕ ਹੈ ਅਰਨਿੰਗ ਲਈ ਕਰ ਲੈਂਦੇ ਹਾਂ ਜਾਂ ਫਿਰ ਸੌਖਾ ਕੰਮ ਹੈ, ਇੱਕ ਵਾਰ ਟਰਾਈ ਕਰਕੇ ਵੇਖਦੇ ਹਾਂ, ਲੇਕਿਨ ਉਸ ਤੋਂ ਬਾਅਦ ਕੀ ਹੁੰਦਾ ਕਿ ਪਰਮਾਤਮਾ ਤੁਹਾਨੂੰ ਇਹੋ ਜਿਹਾ ਹਿੱਟ ਕੰਮ ਕਰਵਾਉਂਦਾ ਹੈ ਕਿ ਤੁਹਾਨੂੰ ਖੁਦ ਨੂੰ ਵੀ ਯਕੀਨ ਨਹੀਂ ਹੁੰਦਾ ਕੀ ਹੋ ਰਿਹਾ ਹੈ। ਇਹੋ ਜਿਹਾ ਗੀਤ ਦਿੱਤਾ ਕਿ ਮੈਨੂੰ ਲੱਗਦਾ ਬੱਚੇ ਦੀ ਜ਼ੁਬਾਨ 'ਤੇ ਉਹ ਗੀਤ ਚੜਿਆ ਹੋਇਆ। ਗੀਤ ਹੈ ਜੀ ਅਮਲੀ ਐਂਥਮ ਐਂਡ ਵਨ ਐਂਡ ਓਨਲੀ, ਬਹੁਤ ਹੀ ਕਮਾਲ ਦੀ ਪਰਸਨੈਲਿਟੀ ਫਿਲਹਾਲ ਤਾਂ ਮੈਂ ਕਹਾਂਗੀ, ਸਿੰਗਿੰਗ ਦੀ ਜਰਨੀ ਹੁਣੇ ਮੈਂ ਜਾਣਾਂਗੀ, ਸੋ ਸਾਡੇ
ਸਾਡੇ ਨਾਲ ਨੇ ਰਾਕਾ। ਸਤਿ ਸ਼੍ਰੀ ਅਕਾਲ ਰਾਕਾ, ਬਹੁਤ ਬਹੁਤ ਸਵਾਗਤ ਹੈ। ਕਿਵੇਂ ਹੋ ਤੁਸੀਂ? ਗਾਣੇ ਵਾਲੇ ਤਾਂ ਤੁਸੀਂ ਧੁੰਮਾਂ ਪੱਟੀਆਂ ਹੋਈਆਂ। ਬਸ ਜੀ, ਆਪਣੇ ਆਪ ਹੀ ਪੱਟੀਆਂ ਗਈਆਂ, ਮੈਨੂੰ ਤਾਂ ਪਤਾ ਨਹੀਂ ਜੀ। ਐਂਡ ਬਹੁਤ ਬਹੁਤ ਮੁਬਾਰਕਾਂ ਨੇ ਤੁਹਾਨੂੰ, ਇੰਨਾ ਹਿੱਟ ਗਾਣਾ ਤੁਹਾਡਾ ਹੁਣ ਵੀ ਪਸੰਦ ਕੀਤਾ ਜਾ ਰਿਹਾ। ਸੋ ਗਾਣਾ ਇੰਨਾ ਜ਼ਿਆਦਾ ਹਿੱਟ ਨੰਬਰ ਬਣ ਜਾਏਗਾ ਰਾਕੇ, ਕੀ ਇਹ ਕਿਤੇ ਨਾ ਕਿਤੇ ਥੋਟ 'ਚ ਸੀਗਾ ਜਦੋਂ ਗਾਣਾ ਨਹੀਂ ਕੀਤਾ ਸੀ ਉਸ ਤੋਂ ਪਹਿਲਾਂ? ਹਾਂ ਜੀ, ਜਮਾਂ ਨਹੀਂ ਸੀਗਾ ਜੀ। ਸੋ ਕਿਸ ਤਰ੍ਹਾਂ ਪਲੈਨਿੰਗ, ਇਸ ਗਾਣੇ ਦੀ ਪਲੈਨਿੰਗ ਕਿੱਦਾਂ ਹੋਈ ਹੈ ਪਹਿਲੇ ਤੇ? ਬਸ ਜੀ, ਉੱਦਾਂ ਹੀ ਬੈਠੇ ਸੀਗੇ ਜੀ, ਗਾਣਾ ਲਿਖ ਲਿਆ, ਸੁਣਾਇਆ ਦੋ ਚਾਰ ਜਾਣੇ ਨੇ ਜੀ। ਅੱਛਾ, ਕਹਿੰਦੇ ਵਧੀਆ ਚੱਕਦੇ ਕਮੀ, ਚੱਕਤਾ ਜੀ ਬਸ। ਵਧੀਆ ਹੈ ਨਾ? ਤੇ ਇੱਕ ਉਹਦੇ ਵਿੱਚ ਇੱਕ ਸਿਗਨੇਚਰ ਸਟੈਪ ਹੈ ਤੁਹਾਡਾ, ਮੈਨੂੰ ਲੱਗਦਾ ਕੋਈ ਫੰਕਸ਼ਨ ਕੋਈ ਪਾਰਟੀ ਇਹੋ ਜਿਹੀ ਨਹੀਂ ਹੁੰਦੀ ਜਿੱਥੇ ਤੁਹਾਡਾ ਅਮਲੀ ਐਂਥਮ ਨਹੀਂ ਲੱਗਦਾ, ਤੇ ਜਿੱਥੇ ਬੱਚੇ ਜਾਂ ਤੁਹਾਡੇ ਉਮਰ ਹਮ ਉਮਰ ਨੇ ਉਹ ਤੁਹਾਡਾ ਸਟੈਪ ਨਹੀਂ ਕਰਦੇ ਵਾਲਾਂ ਵਾਲਾ। ਸੋ ਉਹ ਸਪੈਸ਼ਲੀ ਇਸ ਗੀਤ ਲਈ ਕੀਤਾ ਗਿਆ ਜਾਂ ਮਤਲਬ ਰਾਕੇ ਦਾ ਐਕਚੁਅਲ ਸਟੈਪ ਨੇ ਇਹ ਸਟੈਪ ਹੈ ਉਹ? ਜੀ ਬਸ ਮੈਨੂੰ ਕਰਨਾ ਹੀ ਹੁੰਦਾ ਜਦੋਂ ਸ਼ੁਰੂ ਤੋਂ ਹੀ ਕਰਦਾ ਹੁੰਦਾ ਸੀਗਾ। ਅੱਛਾ, ਉਹ ਤੁਹਾਡਾ ਐਕਚੁਅਲ ਸਟੈਪ ਹੈ, ਮਤਲਬ ਤੁਸੀਂ ਸ਼ੁਰੂ ਤੋਂ ਤੁਹਾਡੀ ਰੀਅਲ ਲਾਈਫ 'ਚ ਵੀ ਉਹੀ ਐਕਚੁਅਲ ਸਟੈਪ? ਤਾਂ ਪਤਾ ਨਹੀਂ, ਬਸ ਮੈਂ ਇੱਦਾਂ ਹੀ ਨੱਚਣਾ ਚਾਹੁੰਦਾ ਡੀਜੇ ਤੇ ਜੀ, ਗਾਣੇ 'ਚ ਵੀ ਉਵੇਂ ਨੱਚ ਪਿਆ, ਉਹ ਲੋਕਾਂ ਨੂੰ ਵਧੀਆ ਲੱਗ ਗਈ ਬਸ। ਅੱਛਾ, ਜਦੋਂ ਤੁਹਾਡਾ ਗਾਣਾ ਆਇਆ ਹੈ ਨਾ, ਉਸ ਤੋਂ ਬਾਅਦ ਫੈਮਿਲੀ ਦਾ ਰਿਸ਼ਤੇਦਾਰਾਂ ਦਾ ਕੀ ਰਿਸਪੋਂਸ ਸੀ, ਕਿਸ ਤਰ੍ਹਾਂ ਦੇ ਫੋਨ ਕਾਲਸ ਆਉਣੇ ਸਟਾਰਟ ਹੋਏ? ਗੀਤ ਤੋਂ ਪਹਿਲਾਂ ਮੈਂ ਮਿਊਜ਼ਿਕ ਕਰਦਾ ਸੀਗਾ ਜੀ। ਜੀ, ਬਟ ਉਹ ਤਾਂ ਐਜ਼ ਅ ਮਿਊਜ਼ਿਕ ਡਾਇਰੈਕਟਰ ਸੀ? ਹਾਂਜੀ, ਮਿਊਜ਼ਿਕ ਡਾਇਰੈਕਟਰ ਸੀ। ਦੋ ਢਾਈ ਸਾਲ ਮੈਂ ਉਹ ਕੀਤਾ ਜੀ, ਪਹਿਲਾਂ ਗਾਣਾ ਤਾਂ ਹੁਣ ਕੀਤਾ ਹੈ ਜੀ, ਤੇ ਉਦੋਂ ਵੀ ਮੇਰਾ ਮਤਲਬ ਵਧੀਆ ਹੋ ਗਿਆ ਸੀ ਕੰਮ ਜੀ, ਗਾਣੇ ਗੁਣੇ ਮੇਰੇ ਮਿਊਜ਼ਿਕ ਵਿੱਚ ਵੀ ਚੱਲ ਪੈਂਦੇ ਜੀ। ਓਕੇ, ਤੇ ਰਕੇ ਸਾਰੇ ਕਹਿੰਦੇ ਵੀ ਜਦੋਂ ਇੱਕ ਗਾਣਾ ਹਿੱਟ ਹੋ ਜਾਂਦਾ ਤੇ ਵੀ ਇਨਸਾਨ ਦੇ ਵਿੱਚ ਇੱਕ ਸਟਾਰਡਮ ਆ ਜਾਂਦਾ, ਇੱਕ ਐਟੀਟਿਊਡ ਆ ਜਾਂਦਾ ਜੋ ਕਿ ਅਸੀਂ ਬਿਲਕੁਲ ਵੀ ਨਹੀਂ ਵੇਖ ਪਾ ਰਹੇ। ਤੁਸੀਂ ਪਹਿਲੇ ਕਰਨ ਰੰਧਾਵਾ ਦੇ ਗਾਣੇ ਡਾਇਰੈਕਟ ਕੀਤੇ ਨੇ, ਮਿਊਜ਼ਿਕ ਡਾਇਰੈਕਟ, ਸੋ ਤੁਸੀਂ ਬਹੁਤ ਹਿੱਟ ਨੰਬਰਸ ਦਿੱਤੇ ਉਹਨਾਂ ਦੇ, ਝਾਂਜਰਾ ਹੋ ਗਿਆ, ਫੁਲਕਾਰੀ ਹੋ ਗਿਆ, ਉਦੋਂ ਇੱਕ ਫੀਲ ਆ ਗਿਆ ਸੀ ਤੁਹਾਡੇ ਅੰਦਰ ਵੀ ਹਾਂ ਬਈ ਮੈਂ ਇਹਨਾਂ ਗਾਣਿਆਂ ਨੂੰ ਮਿਊਜ਼ਿਕ ਦਿੱਤਾ ਤੇ ਮੈਂ ਯੂ ਨੋ ਮੈਂ ਵੀ ਇੱਕ ਸਟਾਰ ਹਾਂ? ਮੈਨੂੰ ਨਹੀਂ ਕਦੀ ਮਹਿਸੂਸ ਹੋਇਆ ਵੀ ਮੇਰਾ ਐਂ ਹੋ ਗਿਆ, ਮੈਨੂੰ ਤਾਂ ਪੈਸੇ ਧੇਲੇ ਮੇਰੇ ਗੁਜ਼ਾਰੇ ਜੋਗੇ ਬਣ ਜਾਂਦੇ ਸੀ ਜੀ, ਮੈਂ ਤਾਂ ਪੂਰਾ ਖੁਸ਼ ਹੁੰਦਾ ਸੀ ਉਹਦੇ ਵਿੱਚ ਵੀ, ਚੱਲ ਵਧੀਆ ਗੁਜ਼ਾਰਾ ਚੱਲੀ ਜਾਂਦਾ ਸੀ। ਰਾਕੀ, ਤੁਹਾਡੇ ਨਾਲ ਤਾਂ ਮੁਲਾਕਾਤ ਅੱਜ ਪਹਿਲੀ ਵਾਰ ਹੋ ਰਹੀ ਹੈ, ਸੋ ਮੈਨੂੰ ਨਹੀਂ ਪਤਾ ਸੀਗਾ ਕਿ ਕਿਹੋ ਜਿਹਾ ਇਨਸਾਨ ਅੱਗੇ ਸਾਨੂੰ ਟਕਰੂਗਾ, ਮਿਲੂਗਾ, ਹੈ ਨਾ। ਬਟ ਮੈਂ ਜਿੰਨੀ ਕੁ ਵੀ ਰਿਸਰਚ ਤੁਹਾਡੇ ਆਲੇ ਦੁਆਲੇ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਸੋ ਮੈਂ ਕੁਝ ਗੱਲਾਂ ਪੁੱਛਾਂਗੀ, ਤੁਸੀਂ ਦੱਸਣੀਆਂ ਨੇ ਵੀ ਉਹ ਸੱਚ ਨੇ ਜਾਂ ਨਹੀਂ ਸੱਚ ਨੇ ਜਾਂ ਉਹਦੇ ਪਿੱਛੇ ਦੀ ਸਟੋਰੀ ਕੀ ਹੈ। ਸੋ ਸਭ ਤੋਂ ਪਹਿਲੇ ਮੈਂ ਗਾਣੇ ਦੀ ਗੱਲ ਹੀ ਕਰਨਾ ਚਾਹਾਂਗੀ, ਠੀਕ ਹੈ? ਜਦੋਂ ਤੁਸੀਂ ਗਾਣਾ ਕੀਤਾ ਤੇ ਦੀਪਕ ਢਿੱਲੋਂ ਜੀ ਪਹਿਲੀ ਚੁਆਇਸ ਸੀ ਡੂਇਟ ਵਾਸਤੇ? ਹਾਂਜੀ, ਕੀ ਉਹ ਤੁਹਾਡੀ ਪਸੰਦ ਸੀ ਜਾਂ ਟੀਮ ਦਾ ਇੱਕ ਡਿਸੀਜਨ ਸੀਗਾ ਕਿ ਹਾਂਜੀ ਉਹਨਾਂ ਨੂੰ ਹੀ ਡੂਇਟ ਤੇ ਲੈਣਾ? ਜੀ ਬਸ ਸਲਾਹ ਜੀ ਸਾਰਿਆਂ ਦੀ ਵਧੀਆ, ਉਹਨਾਂ ਨਾਲ ਮੇਰੇ ਵਧੀਆ ਪਿਆਰ ਸੀਗਾ ਜੀ, ਉਹਨਾਂ ਨਾਲ ਉਹਨਾਂ ਦੇ ਭਰਾ ਨਾਲ ਜੀ। ਅੱਛਾ ਜੀ, ਹਾਂਜੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਗਾਣਾ ਕਰਨਾ, ਉਹ ਕਹਿੰਦੇ ਜੀ ਕਰਦਾ ਜੀ। ਦੀਪਕ ਢਿੱਲੋਂ ਸਾਡੀ ਇੰਡਸਟਰੀ ਦੀ ਬਹੁਤ ਹੀ ਕਮਾਲ ਦੀ ਜਿਹੜੀ ਨੇ ਉਹ ਗਾਇਕਾ ਨੇ, ਹੈ ਨਾ, ਤੇ ਉਹਨਾਂ ਨੂੰ ਸਾਰੇ ਹੀ ਸੁਣਨਾ ਬੜਾ ਪਸੰਦ ਕਰਦੇ ਆ। ਪਰ ਰਾਕਾ, ਜਦੋਂ ਇਹ ਗਾਣਾ ਆਇਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਪਰ ਉੱਥੇ ਕੁਝ ਟ੍ਰੋਲਰਸ ਵੀ ਸੀ ਜੋ ਕਿ ਹਰ ਇੱਕ ਲਈ ਹੁੰਦੇ ਨੇ, ਸਾਡੇ ਤੁਹਾਡੇ ਪੂਰੀ ਇੰਡਸਟਰੀ ਦੇ ਲਈ, ਬਾਲੀਵੁੱਡ ਲਈ, ਮਤਲਬ ਟ੍ਰੋਲ ਹਰ ਕੋਈ ਹੁੰਦਾ। ਜਦੋਂ ਇਸ ਗੀਤ ਦੇ ਲਈ ਤੁਸੀਂ ਇੱਕ ਏਜ ਨੰਬਰ ਨੂੰ ਲੈ ਕੇ ਟ੍ਰੋਲ ਹੋਏ ਹੋ ਵੀ ਮੇਚ ਦਾ ਨਹੀਂ ਹੈਗੀ ਜੋੜੀ ਜਾਂ ਜੋ ਵੀ ਚੀਜ਼ਾਂ, ਹੈ ਨਾ, ਉਹਨੂੰ ਰਾਕਾ ਕਿਵੇਂ ਵੇਖਦੇ ਨੇ ਜਾਂ ਰਾਕਾ ਜਦੋਂ ਆਪਣੀ ਟੀਮ ਦੇ ਨਾਲ ਬੈਠਦੇ ਸੀ ਕਿਸ ਤਰ੍ਹਾਂ ਦਾ ਰਿਸਪੌਂਸ ਸੀ, ਜਾਂ ਦੀਪਕ ਢਿੱਲੋਂ ਜੀ ਦੇ ਨਾਲ ਇਸ ਬਾਰੇ ਗੱਲ ਹੋਈ ਟ੍ਰੋਲਿੰਗ ਨੂੰ ਲੈ ਕੇ? ਗੱਲ ਤਾਂ ਨਹੀਂ ਹੋਈ, ਮੈਂ ਤੁਹਾਨੂੰ ਦੱਸਦਾ ਕੀ ਚੱਕਰਿਆ। ਹੁਣ ਜਿੱਦਾਂ ਤੁਸੀਂ ਕਿਸੇ ਫੀਮੇਲ ਜਿਹੜੇ ਵੋਕਲਿਸਟ ਡਿਊਟ ਗਾਉਂਦੇ ਨੇ, ਤੁਸੀਂ ਇੰਟਰਵਿਊ ਲਾਉਂਗੇ ਨਾ ਜੀ, ਉਹ ਸਾਰੀਆਂ ਵਿਚਾਰੀਆਂ ਜੀ ਬਿਲਕੁਲ ਬਿਲਕੁਲ ਉਹਨਾਂ ਦੀ ਉਮਰ ਲੰਘ ਗਈ ਵੀ ਸਾਨੂੰ ਸਾਡਾ ਬਣਦਾ ਹੱਕ ਦਿਓ, ਸਾਨੂੰ ਗਾਣੇ ਚੱਲੋ, ਹੈ ਨਾ, ਸਾਰੇ ਕਹਿੰਦੇ। ਹੁਣ ਮੈਂ ਤਾਂ ਸਮਾਂ ਕੇ ਉਹ ਚੀਜ਼ ਕੀਤੀ ਆ ਜੀ, ਉਹਨਾਂ ਨੇ ਮੇਰੇ ਬਰੋਬਰ ਹੀ ਗਾਇਆ ਸੀਗਾ ਜੀ, ਮੇਰਾ ਮੈਂ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੀ। ਜੀ, ਹੁਣ ਲੋਕ ਮੈਨੂੰ ਸਵਾਲ ਜਵਾਬ ਕਰ ਦਿੰਦੇ ਆ ਵੀ ਤੂੰ ਉਮਰ ਆਪਣੀ ਦੇਖ, ਉਹਦੀ ਦੇਖ, ਆਹ ਦੇਖ, ਇੱਦਾਂ ਕਰ ਦਿੰਦੇ ਆ ਜੀ। ਹੁਣ ਬਾਕੀ ਮੈਂ ਜੀ ਇਹੋ ਜਿਹੀਆਂ ਗੱਲਾਂ ਚਲੋ ਕਰਦਾ ਤਾਂ ਨਹੀਂ, ਪਰ ਮੈਨੂੰ ਮਜਬੂਰੀ 'ਚ ਕਰਨੀਆਂ ਪੈਂਦੀਆਂ। ਹੁਣ ਲੋਕਾਂ ਨੂੰ ਸਵਾਲ ਉਹਨਾਂ ਨੂੰ ਕਰਨਾ ਚਾਹੀਦਾ ਜਿਹਨਾਂ ਦੀ ਆਪ ਦੀ ਉਮਰ 30-30, 35-35, 40-40 ਸਾਲ ਆ, ਕੁੜੀ ਐਡੀ ਸੁਨੱਖੀ ਲੈ ਲੈਂਦੇ ਜੀ, ਨਾਲ ਹਿਸਾਬ ਵੀ ਕੋਈ ਨਹੀਂ ਗਾ।
18 19 ਸਾਲ ਦੀ ਕੁੜੀ ਲੈ ਲੈਂਦੇ ਉਹਨਾਂ ਨੂੰ ਕੋਈ ਕਹਿੰਦਾ ਵੀ ਤੁਹਾਡਾ ਹਾਲ ਪ੍ਰਵਾਹ ਨਹੀਂ ਬਣਦਾ ਕੋਈ ਹੁਣ ਮੈਂ ਆਪਦਾ ਮਤਲਬ ਆਪਣੇ ਨੂੰ ਵਧੀਆ ਕੀਤਾ ਸੀ ਵੀ ਯਾਰ ਇਹਨਾਂ ਨੇ ਜੇ ਗਾਇਆ ਤੇ ਮੈਂ ਲਊਂਗਾ ਹੁਣ ਮੈਨੂੰ ਕਿਹਾ ਵੀ ਬੜੇ ਜਾਣੇ ਨੇ ਜਿੱਦਾਂ ਪਹਿਲਾ ਗਾਣਾ ਆਪਾਂ ਮਾਡਲ ਲੈਂਦੇ ਹੁੰਦੇ ਨੇ ਮੈਂ ਕਿਹਾ ਨਹੀਂ ਗਾਣਾ ਚੱਲੇ ਭਾਵੇਂ ਨਾ ਚੱਲੇ ਇਹੀ ਪਿਛਲੀ ਗੱਲ ਹੈ ਕਿਆ ਬਾਤ ਹੈ ਰਾਖਾ ਬਹੁਤ ਅੱਛੀ ਗੱਲ ਹੈ ਜਿਹਦੀ ਜੋ ਹੱਕ ਦੀ ਉਹਨੂੰ ਦੇਣੀ ਚਾਹੀਦੀ ਹੈ ਸੋ ਤੁਸੀਂ ਉਹ ਰਿਸਪੈਕਟ ਉਹਨਾਂ ਨੂੰ ਦਿੱਤੀ ਹੈ ਵੀ ਉਹ ਤਾਂ ਮਤਲਬ ਇੱਕ ਜਿਹਨਾਂ ਨੂੰ ਚੀਜ਼ ਆ ਜੀ ਇਹ ਤਾਂ ਕਰਨੀ ਚਾਹੀਦੀ ਨਹੀਂ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਡਿਊਟ ਗਾਣੇ ਕਰੂੰਗਾ ਜੀ ਜਿਹੜਾ ਮੇਰੇ ਨਾਲ ਗਾਊਗਾ ਜੀ ਉਹੀ ਕੰਮ ਕਰੇਗਾ ਉਹੀ ਕਰੇਗਾ ਜੀ ਨਹੀਂ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਇਹ ਸੋਚ ਰੱਖਦੇ ਹੋ ਤੇ ਬੜੀ ਸੋਹਣੀ ਸੋਚ ਹੈ ਪਹਿਲੀ ਗੱਲ ਤਾਂ ਇਹ ਕਿ ਵਾਕਈ ਜੋ ਹੁਣ ਤੱਕ ਡੂ ਇਟ ਫੀਮੇਲ ਆਰਟਿਸਟ ਸੀ ਉਹਨਾਂ ਨੂੰ ਬੜਾ ਘੱਟ ਮੌਕਾ ਮਿਲਦਾ ਸੀਗਾ ਅੱਗੇ ਆਉਣ ਦਾ ਸੋ ਜੇਕਰ ਇਹ ਇੱਕ ਚੀਜ਼ ਨਿਊ ਸਟਾਰਟ ਹੋ ਰਹੀ ਹੈ ਤੇ ਮੈਨੂੰ ਲੱਗਦਾ ਬੜੀ ਸੋਹਣੀ ਚੀਜ਼ ਹੈ ਅੱਛੀ ਗੱਲ ਹੈ ਤੇ ਰਾਕਾ ਬਾਲਾਂ ਦਾ ਸਿਸਟਮ ਤੁਹਾਡੇ ਬਾਲ ਬਹੁਤ ਫੋਲੋ ਕਰ ਰਹੇ ਨੇ ਤੁਹਾਡੇ ਹੇਅਰ ਕਲਰ ਤੁਹਾਡਾ ਬਾਲਾਂ ਨੂੰ ਹਿਲਾਉਣ ਦਾ ਤਰੀਕਾ ਆ ਹੁਣ ਵੀ ਤੁਸੀਂ ਬੇਬੀ ਪਿੰਕ ਮਜੈਂਟਾ ਟੱਚ ਐਂਡ ਵਾਈਟ ਕੀਤਾ ਹੋਇਆ ਸੋ ਇਹ ਇਸ ਇੰਡਸਟਰੀ ਚ ਆਉਣ ਤੋਂ ਬਾਅਦ ਹੀ ਹੈ ਜਾਂ ਫਿਰ ਸ਼ੁਰੂ ਤੋਂ ਹੀ ਇਦਾਂ ਦੇ ਹੋ ਸ਼ੁਰੂ ਤੋਂ ਇਹ ਪੁੱਠੇ ਸਿੱਧੇ ਵਾਲ ਕਟਾਉਣ ਦਾ ਬੜਾ ਸ਼ੌਂਕ ਹੁੰਦਾ ਜੀ ਮੈਂ ਜੀ 5ਵੀਂ 6ਵੀਂ ਚ ਸਟੇਟ ਕਲਾ ਰਹੇ ਸੀ ਵਾਲ ਦੀ ਸਟੇਟ ਅੱਛਾ ਜਦੋਂ ਗਜਨੀ ਫਿਲਮ ਆਈ ਗਜਨੀ ਕੱਟ ਪਵਾ ਲਏ ਮੈਂ ਤਾਂ ਸਕੂਲੋਂ ਬੜੇ ਚਿੱਤਰ ਖਾਂਦਾ ਰਿਹਾ ਅੱਛਾ ਸ਼ੌਂਕ ਸੀ ਹੁਣ ਤਾਂ ਥੋੜਾ ਜਿਹਾ ਲਾਇਸੈਂਸ ਮਿਲ ਗਿਆ ਜੀ ਪੁੱਠੇ ਸਿੱਧੇ ਕਟਾਉਣ ਦਾ ਹੁਣ ਕੋਈ ਕਸਰ ਛੱਡੀ ਨਹੀਂ ਜੀ ਕੋਈ ਸਾਰੇ ਰੰਗ ਰੂੰਗ ਕਰਾ ਲਏ ਰਾਕਾ ਮੈਂ ਸੁਣਿਆ ਵੀ ਰਾਕਾ ਬਹੁਤ ਸ਼ਰਾਰਤੀ ਸੀਗਾ ਤੇ ਰਾਕਾ ਜਿੰਨਾ ਵੀ ਪੜਿਆ ਸਕੂਲ ਬਦਲ ਬਦਲ ਕੇ ਪੜਿਆ ਕਿੰਨੇ ਕੁ ਸਕੂਲ ਰਾਕਾ ਬਦਲੇ ਪਹਿਲੇ ਤਾਂ ਇਹ ਗੱਲ ਸੱਚ ਹੈ ਜੀ ਸੱਚ ਸ਼ਰਾਰਤੀ ਦਾ ਤਾਂ ਨਹੀਂ ਪਤਾ ਜੀ ਸਕੂਲ ਮੈਂ ਬੜੇ ਬਦਲੇ ਫਿਰ ਸਕੂਲ ਕਿਉਂ ਬਦਲਨੇ ਪੈਂਦੇ ਸੀ ਬਸ ਜਿੱਧਰ ਯਾਰ ਦੋਸਤ ਲੱਗ ਜਾਂਦਾ ਜੀ ਕੋਈ ਉੱਧਰ ਹੀ 12 ਕਲਾਸਾਂ ਕੀਤੀਆਂ ਮੈਂ 11 ਸਕੂਲ ਬਦਲੇ ਅੱਛਾ ਹਾਂ ਜਿੱਧਰ ਕੋਈ ਯਾਰ ਦੋਸਤ ਲੱਗ ਗਿਆ ਉੱਧਰ ਹੀ ਬਲ ਜੀਦਾ ਜੀ ਬਸ ਕੋਈ ਸੀਰੀਅਸ ਨਹੀਂ ਲਿਆ ਸੀ ਜੀ ਆਪਣੇ ਨੂੰ ਪਤਾ ਨਹੀਂ ਜ਼ਿੰਦਗੀ ਕੀ ਹੁੰਦੀ ਹੈ ਜੀ ਅੱਛਾ ਜੀ ਮੈਂ ਨਜ਼ਾਰੇ ਲੈ ਜਾਂਦੇ ਵੀ ਜਿੱਧਰ ਬਸ ਟਾਈਮ ਪਾਸ ਵਧੀਆ ਜੀ ਉੱਧਰ ਭੱਜ ਭੁੱਜ ਜਾਂਦੇ ਜੀ ਬਸ ਇੱਥੇ ਜਾਂਦੇ ਜੀ ਰਾਕਾ ਇਹੋ ਏਦਾਂ ਵੀ ਕੁਛ ਹੋਇਆ ਹੈ ਕਿ ਫਾਦਰ ਸਾਹਿਬ ਨੂੰ ਕੰਪਲੇਂਟ ਆਈ ਸੀਗੀ ਤੁਹਾਡੇ ਸਕੂਲ ਟਾਈਮ ਦੇ ਵਿੱਚ ਤੇ ਉਹ ਕਿਸੇ ਹੋਰ ਸਕੂਲ 'ਚ ਚਲੇ ਗਏ ਸੀ ਕਿਉਂਕਿ ਤੁਸੀਂ ਸਕੂਲ ਹੀ ਬਹੁਤ ਬਦਲਦੇ ਸੀ ਕੀ ਇਹ ਸੱਚ ਹੈ ਸੱਚ ਹੈ ਜੀ ਉਹ ਸਕੂਲੇ ਮੈਂ ਕੋਈ ਸ਼ਾਰ ਸ਼ੋਟ ਕਰਤੀ ਸੀਗੀ ਜੀ ਉਹ ਸਕੂਲੇ ਘਰ ਪਰਾਉਣਾ ਸਕੂਲ ਵਾਲਿਆਂ ਨੂੰ ਫੋਨ ਕੀਤਾ ਵੀ ਤੁਸੀਂ ਸਕੂਲੇ ਆਓ ਜੀ ਤੁਹਾਡਾ ਬੱਚਾ ਬੜੀ ਸ਼ਰਾਰਤ ਕਰਦਾ ਡੈਡੀ ਮੈਂ ਸਕੂਲੇ ਗਿਆ ਉਹ ਕਹਿੰਦੇ ਜੀ ਤਾਂ ਪਿਛਲੇ ਸਾਲ ਹੀ ਹਟ ਗਿਆ ਉਹ ਪਿਛਲੇ ਸਾਲ ਹਟ ਗਿਆ ਕਹਿੰਦੇ ਉਹ ਤਾਂ ਹੈ ਨਹੀਂ ਪੜ੍ਹਦੇ ਨਹੀਂ ਇੱਥੇ ਫਿਰ ਡੈਡੀ ਮੇਰਾ ਮੈਨੂੰ ਕਹੇ ਹੁਣ ਕਿਹੜੇ ਸਕੂਲ 'ਚ ਆ ਪਤਾ ਲੈਣ ਆਉਣਾ ਸਕੂਲੇ ਮੈਂ ਡੈਡੀ ਕੋਈ ਨਹੀਂ ਘਰੇ ਆ ਕੇ ਦੱਸਦਾ ਬਸ ਓਕੇ ਸੋ ਰਾਕਾ ਸਾਡੇ ਮਿਡਲ ਕਲਾਸ ਲੋਕੀ ਜੋ ਸਾਡੀਆਂ ਫੈਮਿਲੀਜ਼ ਨੇ ਹੈ ਨਾ ਇੱਥੇ ਹੁੰਦਾ ਕਿ ਬੱਚਾ ਬਹੁਤ ਅੱਛਾ ਪੜ੍ਹਦਾ ਅਤੇ ਡਾਕਟਰੀ ਜਾਂ ਇੰਜੀਨੀਅਰਿੰਗ ਕਰਵਾ ਦਿਓ ਠੀਕ ਹੈ ਅਤੇ ਜੇ ਨਹੀਂ ਪੜ੍ਹਦਾ ਤਾਂ ਘਰਦਿਆਂ ਨੂੰ ਇੱਕ ਟਾਈਮ ਤੋਂ ਬਾਅਦ ਹੋਣ ਲੱਗ ਜਾਂਦਾ ਰਿਸ਼ਤੇਦਾਰੀ ਨਹੀਂ ਮਾਣ ਹੁੰਦੇ ਆਂਢ ਗਵਾਂਢ ਹੋ ਗਿਆ ਸਾਰਿਆਂ ਦਾ ਇੱਕ ਯੂਨੋ ਇੱਕ ਸਲਾਵਾਂ ਜੀਆਂ ਮਿਲਣ ਲੱਗ ਜਾਂਦੀਆਂ ਮੁੰਡਾ ਬਾਹਰ ਘੱਲ ਦਿਓ ਬਾਹਰ ਭੇਜ ਦਿਓ ਚਾਰ ਪੈਸੇ ਕਮਾਊਗਾ ਨਹੀਂ ਪੜ੍ਹਦਾ ਤਾਂ ਪੈਸੇ ਕਮਾ ਲਓ ਜੇ ਪੜ੍ਹਦਾ ਤਾਂ ਕੁਛ ਇਹੋ ਜਿਹਾ ਪੜ੍ਹਾ ਲਓ ਕਿ ਕੱਲ੍ਹ ਨੂੰ ਵਧੀਆ ਇਨਕਮ ਹੋ ਸਕੇ ਸੋ ਰਾਕਾ ਤੁਹਾਡੀ ਲਾਈਫ ਦਾ ਫੇਸ ਕਿਹੋ ਜਿਹਾ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਫੇਸ ਮੇਰਾ ਤਾਂ ਦੇਖੋ ਜੀ ਮੈਨੂੰ ਮਤਲਬ ਬੰਦੇ ਤਾਂ ਸਾਰੇ ਵਧੀਆ ਸੀ ਜੀ ਮੈਨੂੰ ਕਦੀ ਜ਼ਿੰਦਗੀ ਵਿੱਚ ਪਤਾ ਨਹੀਂ ਮੈਂ ਕੀ ਕੀਤਾ ਐਸਾ ਜ਼ਿੰਦਗੀ ਵਿੱਚ ਮੇਰੇ ਰਿਸ਼ਤੇਦਾਰ ਵੀ ਇੱਕ ਨੰਬਰ ਆ ਜੀ ਮੇਰੇ ਪਿੰਡ ਵਾਲੇ ਇੰਨਾ ਮੇਰਾ ਚਾਅ ਕਰਦੇ ਹਿਸਾਬ ਹੀ ਕੋਈ ਨਹੀਂਗਾ ਮਤਲਬ ਵਧੀਆ ਹੀ ਆ ਜੀ ਸਾਰਾ ਕੁਛ ਮੈਨੂੰ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਸੀ ਮੇਰੇ ਤਾਂ ਸਪੋਰਟ ਉਹ ਮੈਨੂੰ ਇੰਡਸਟਰੀ ਵਿੱਚ ਵੀ ਇੱਦਾਂ ਹੀ ਆ ਜੀ ਮੇਰੀ ਸਪੋਰਟ ਬਹੁਤ ਕਰਦੇ ਆ ਆਪਦਾ ਨੁਕਸਾਨ ਕਰਾ ਕੇ ਬੰਦੇ ਮੇਰਾ ਫਾਇਦਾ ਕਰਨ ਤੱਕ ਚਲ ਜਾਂਦੇ ਆ ਜੀ ਮੈਨੂੰ ਤਾਂ ਮਤਲਬ ਇੰਨਾ ਫੀਲ ਨਹੀਂ ਹੋਣ ਦਿੱਤਾ ਕਦੀ ਕਿ ਨਹੀਂ ਜੀ ਮੈਂ ਕੋਈ ਮੂੰਹੋਂ ਗੱਲ ਕੱਢ ਦੇਵਾਂ ਅਤੇ ਬੰਦੇ ਉਹ ਪੂਰੇ ਕਰਨ 'ਤੇ ਲੱਗ ਜਾਂਦੇ ਜੀ ਪਤਾ ਨਹੀਂ ਕਿਉਂ ਲੱਗ ਜਾਂਦੇ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਮਤਲਬ ਇੰਨਾ ਫੀਲ ਨਹੀਂ ਹੋਇਆ ਜੀ ਕਦੀ ਕੁਛ ਵੀ ਮੇਰਾ ਤਾਂ ਸਮੂਥਲੀ ਚੱਲਦਾ ਰਿਹਾ ਜੀ ਸਾਰਾ ਕੁਛ ਅੱਛਾ ਇਹ ਵੀ ਹੋਇਆ ਕਦੇ ਕਿ ਤੁਹਾਨੂੰ ਕੈਨੇਡਾ ਭੇਜਣਾ ਸੀਗਾ ਕਾਫੀ ਪੈਸਿਆਂ ਦਾ ਨੁਕਸਾਨ ਵੀ ਹੋਇਆ ਦੁਬਈ ਦੀ ਪਲੈਨਿੰਗ ਵੀ ਹੋਈ ਪਰ ਇੱਕ ਵੀਡੀਓ ਨੇ ਓਵਰਨਾਈਟ ਤੁਹਾਡੀ ਜ਼ਿੰਦਗੀ ਚੇਂਜ ਕਰਤੀ ਬਸ ਫਿਰ ਬਾਹਰ ਦੀਆਂ ਫਾਈਲਾਂ ਫੁਈਲਾਂ ਲਗਾਈਆਂ ਏਜੰਟ ਕਹਿੰਦਾ ਜੀ
99.9% ਵੀਜ਼ਾ ਆਊਗਾ। ਅੱਛਾ, ਉਹ ਆਇਆ ਨਹੀਂ ਜੀ, 0.1% ਹੀ ਆ ਗਿਆ। ਓਕੇ, ਅਤੇ ਪੈਸੇ ਪੂਏ ਮਾੜੇ ਮੋਟੇ ਡੁੱਬ ਕੇ ਮਾੜੇ ਮੋਟੇ ਮੁੜ ਕੇ ਆ ਗਏ ਜੀ। ਬਸ ਫਿਰ ਇੱਦਾਂ, ਮਤਲਬ ਉਹ ਤਾਂ ਬੜੀਆਂ ਗੱਲਾਂ ਜੀ। ਹੁਣ ਮੈਂ ਨਾ ਕਦੀ ਇੰਟਰਵਿਊ ਦਿੱਤੀ ਨਹੀਂ, ਮੈਨੂੰ ਕੈਮਰੇ ਸਾਹਮਣੇ ਬਹੁਤ ਔਖਾ ਲੱਗਦਾ ਜੀ ਇਹ ਗੱਲਾਂ ਕਰਨੀਆਂ। ਕੈਮਰਾ ਬੰਦ ਕਰ ਦਿਉ ਜੇ ਮੈਂ ਸ਼ਾਮ ਤੱਕ ਚੁੱਪ ਕਰ ਗਿਆ, ਤਾਂ ਮੈਂ ਤੁਹਾਡਾ ਦੇਣਦਾ ਰਹੂੰਗਾ, ਬਸ ਕੈਮਰੇ ਮੇਰੇ ਥੋੜ੍ਹਾ ਜਿਹਾ ਮੈਂ ਨਰਵਸ ਹੋ ਜਾਂਦਾ। ਕੋਈ ਗੱਲ ਨਹੀਂ, ਮਤਲਬ ਇੱਦਾਂ ਗੱਲਾਂ ਬਾਤਾਂ ਜਿਵੇਂ ਚੱਲਦੀ ਰਹੀਆਂ। ਨਹੀਂ, ਬਹੁਤ ਅੱਛੀ ਗੱਲ ਹੈ। ਸੋ ਜਦੋਂ ਉਹ ਇੱਕ ਇੱਕ ਵੀਡੀਓ ਜੋ ਵੀ ਤੁਸੀਂ ਦੇਖੀ ਹੋਏਗੀ, ਕਿਸੇ ਮਿਊਜ਼ਿਕ ਡਾਇਰੈਕਟਰ ਦੀ ਦੇਖੀ ਸੀ ਜੀ, ਜਦੋਂ ਬੰਦੇ ਕੋਲ ਹੁੰਦਾ ਨਹੀਂ ਕੁਛ ਕਰਨ ਨੂੰ ਜੀ, ਫਿਰ ਉਹ ਨਹੀਂ ਦਿੰਦੇ ਹੁੰਦੇ ਮੋਟੀਵੇਸ਼ਨ ਵਾਲੀ, ਕੁਛ ਕਰੋ ਜ਼ਿੰਦਗੀ, ਉਹ ਨਹੀਂ ਕਰਦੇ ਹੁੰਦੇ ਉੱਚੀ ਉੱਚੀ ਬੋਲ ਕੇ। ਉਹ ਮੈਂ ਬੜੀਆਂ ਵੀਡੀਓ ਦੇਖੀਆਂ ਯੂਟਿਊਬ 'ਤੇ, ਮੋਟੀਵੇਟ ਜਿਹਾ ਮੈਂ ਤਾਂ ਹੋ ਗਿਆ ਸੀ ਦੇਖ ਕੇ, ਉਹ ਐਵੇਂ ਕਿਉਂ ਕਹਾਂ ਵੀ ਕੁਛ ਫਾਇਦਾ ਨਹੀਂ ਹੋਇਆ, ਵੀ ਐਂ ਹੋ ਗਿਆ ਵੀ ਕੁਛ ਕਰਨਾ ਹੈ ਜ਼ਿੰਦਗੀ ਕਰਕੇ। ਫਿਰ ਜੀ ਐਂ ਦਿੱਤੇ ਤਾਂ ਇੰਟਰਵਿਊ ਆ ਗਈ ਕਿਸੇ ਦੀ, ਉਹ ਇੱਦਾਂ ਮਿਊਜ਼ਿਕ ਸਿਖਾਲਦਾ ਸੀ ਕਿੱਦਾਂ ਬਣਾਉਣਾ ਨਾ। ਅੱਛਾ, ਅਤੇ ਉਹ ਕਹਿੰਦਾ ਜੀ ਮੈਂ ਬਸ ਲੈਪਟੋਪ 'ਤੇ ਮਿਊਜ਼ਿਕ ਬਣਾਉਣਾ, ਮੇਰੇ ਤੋਂ ਸਟੂਡੀਓ ਨਹੀਂ ਹੈਗਾ, ਵੀ ਮੈਂ ਟਰੈਵਲ ਕਰਦਾ ਹਾਂ ਕਿਤੇ ਜਹਾਜ਼ 'ਚ ਬੈਠਾ ਨਾ ਮੈਂ, ਅਤੇ ਮੈਂ ਕਿ ਵੀ ਲੈਪਟੋਪ ਤਾਂ ਮੇਰੇ ਕੋਲ ਵੀ ਘਰੇ ਪਿਆ ਨਾ ਜੀ, ਫਿਰ ਮੈਂ ਲੈਪਟੋਪ ਚੱਕਿਆ ਜੀ, ਸੋਫਟਵੇਅਰ ਭਰਿਆ, ਬਸ ਫਿਰ ਜੀ ਮੈਂ ਵੀ ਸਿੱਖਦਾ ਰਿਹਾ ਜੀ ਘਰੇ ਬੈਠਾ ਹੀ। ਆਪਣੇ ਆਪ ਨੂੰ ਰੱਖਿਆ, ਕਿਤੇ ਜਾਣਾ ਨੀ, ਕਿਤੇ ਆਉਣਾ ਨੀ, ਇੰਨੇ ਫੋਕਸਡ ਹੋ ਚੁੱਕੇ ਸੀ ਕਿ ਤੁਹਾਨੂੰ ਲੱਗਦਾ ਸੀਗਾ ਕਿ ਹੁਣ ਇਹ ਕੰਮ ਸਿੱਖ ਕੇ ਤੇ ਇਹਦੇ 'ਚ ਹੀ ਅੱਗੇ ਵਧਣਾ ਹੈ? ਕੰਮ ਇੱਦਾਂ ਜੀ, ਹੁਣ ਪੈਸੇ ਦੀਦੇ ਸੀਗੇ ਮੈਨੂੰ, ਪੈਸੇ ਕਮਾਉਣੇ ਆ ਜੀ, ਪੈਸੇ ਦੀ ਬੜੀ ਲੋੜ ਸੀਗਾ ਜੀ, ਉਹ ਮਰਤਾ ਕਿਆ ਨਾ ਕਰਤਾ ਜੀ, ਬਸ ਫਿਰ ਕਮਾਈ ਜੀ ਬੈਠਾ ਰਿਹਾ ਕਰਤਾ ਰਿਹਾ, ਜੀ ਜਿਹਾ ਲੱਗ ਗਿਆ ਜੀ ਉਹਦੇ ਵਿੱਚ ਵੀ, ਅੱਜ ਨਹੀਂ ਕੱਲ੍ਹ ਨਹੀਂ ਪੈਸੇ ਆਉਣਗੇ 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 ਜੀ, ਬਸ ਉਹ ਲਾਲਚ ਵਿੱਚ ਹੀ ਕਰਤਾ ਰਿਹਾ, ਇੱਕ ਦਿਨ ਲੱਭੇ ਆਉਣਗੇ। ਅੱਛਾ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਤੁਹਾਨੂੰ ਲੱਗ ਰਿਹਾ ਸੀਗਾ ਕਿ ਪੈਸੇ ਕਮਾਉਣ ਦਾ ਇੱਕ ਸਿੰਪਲ ਰਸਤਾ ਹੈ, ਔਰ ਤੁਹਾਡੇ ਦਿਲ ਨੂੰ ਵੀ ਕਿਤੇ ਨਾ ਕਿਤੇ ਮਿਊਜ਼ਿਕ ਜਿਹੜਾ ਸੀ ਉਹ ਟੱਚ ਕਰਦਾ ਸੀ, ਤੁਹਾਨੂੰ ਲੱਗਿਆ ਕਿ ਇੱਧਰਲੇ ਪਾਸੇ ਹੀ ਪੈਸਾ ਕਮਾਉਣਾ ਚਾਹੀਦਾ? ਮੈਨੂੰ ਮਤਲਬ ਹੈ ਮੈਂ ਹੋਰ ਕੰਮ ਨਹੀਂ ਕਰ ਸਕਦਾ ਸੀਗਾ, ਜਿੱਦਾਂ ਮੈਨੂੰ ਜੀ ਨਹੀਂ ਕਰਦਾ ਜਾਂ ਤਾਂ ਮੈਂ ਮੋਬਾਈਲਾਂ ਦਾ ਵੀ ਸਿੱਖਣ ਗਿਆ ਸੀ 2 ਕੁ ਦਿਨ, ਉੱਥੋਂ ਭੱਜ ਆਉਂਦਾ ਸੀ ਕਦੇ ਕੋਈ ਕੰਮ ਸਿੱਖਣ, ਦਿਲ ਨਹੀਂ ਲੱਗਿਆ। ਹਾਂਜੀ, ਦਿਲ ਨਹੀਂ ਲੱਗਦਾ ਸੀ, ਹੁਣ ਉਹ 'ਚ ਸੀਗਾ ਵੀ ਘਰੇ ਬੈਠਾ ਸੀ, ਕੋਈ ਮੇਰੇ ਇੱਧਰ ਉੱਧਰ ਨਹੀਂ ਸੀਗਾ, ਆਪਦੇ ਤਰੀਕੇ ਨਾਲ ਕਰਦਾ ਰਿਹਾ ਜੀ, ਵੀ ਉਦੋਂ ਇਹ ਨਹੀਂ ਪਤਾ ਸੀ ਵੀ ਮੈਂ ਕਰ ਲੂੰਗਾ ਕਿ ਨਹੀਂ ਕਰੂੰਗਾ, ਬਸ ਐਂ ਸੀਗਾ ਵੀ ਅੱਗੇ ਵੀ ਬੜਾ ਔਖੀ ਆ, ਹੋਰ ਹੋ ਜਾਵਾਂਗੇ ਮਾੜੇ ਜਿਹੇ ਕੀ ਹੋ ਜਾਊਗਾ, ਵੀ ਜੋ ਜੀ ਕਰਦੇ ਮੈਂ ਕਰਦਾ ਹੁੰਦਾ ਸੀ, ਮਤਲਬ 6 ਕੁ ਮਹੀਨਿਆਂ ਤੱਕ ਜੀ ਵਧੀਆ ਹੋਣ ਲੱਗ ਪਿਆ, ਖਾਣੇ ਖੁਣੇ ਮੇਰੇ ਚੱਲ ਗਏ ਜੀ, ਜੋ ਮੈਂ ਮਿਊਜ਼ਿਕ ਕਰਦਾ ਸੀ। ਪਰ ਮੈਂ ਬਹੁਤ ਖੁਸ਼ ਹਾਂ, ਔਰ ਮੈਂ ਬਹੁਤ ਟਾਈਮ ਬਾਅਦ ਇਹੋ ਜਿਹੀ ਇੱਕ ਸੋਲ ਨੂੰ ਮਿਲੀ ਹਾਂ ਜਿਹੜਾ ਇੰਨਾ ਓਨੈਸਟ ਹੈ, ਇੰਨੀ ਇਮਾਨਦਾਰੀ ਦੇ ਨਾਲ ਆਪਣੀ ਹਰ ਗੱਲ ਨੂੰ ਰੱਖਦਾ ਹੈ। ਨਹੀਂ ਤਾਂ ਇੱਥੇ ਆ ਕੇ ਤਾਂ ਬੰਦਾ ਸਿਆਣਾ ਹੀ ਇੰਨਾ ਹੋ ਜਾਂਦਾ ਰਾਕਾ ਕਿ ਪੁੱਛੋ ਕੁਛ ਤਾਂ ਉਹ ਦੱਸਦੇ ਆਪਦੇ ਤਰੀਕੇ ਨਾਲ ਹੈ, ਬਟ ਆਈ ਮਸਟ ਸੇ ਯੂ ਆਰ ਵੈਰੀ ਓਨੈਸਟ। ਮੈਂ ਹੁਣ ਮੇਰੇ ਤਾਂ ਗਵਾਹ ਹੀ ਬੜੇ ਆ ਜੀ, ਮੈਂ ਝੂਠ ਬੋਲ ਕੇ ਆਪਦੀ ਬੇਇੱਜ਼ਤੀ ਥੋੜੀ ਕਰਾਂ। ਅੱਛਾ, ਝੂਠ ਮਾਰਦਾ ਜੀ ਕੋਈ ਕਹਦੇ ਆ ਕੇ ਵੀ ਇੱਦਾਂ ਤਾਂ ਹੈ ਹੀ ਨਹੀਂ ਗਾ ਜੀ, ਗੱਲ ਜੀ ਉਹਨੂੰ ਰੱਬ ਨੂੰ ਜਾਣ ਦੇਣੀ, ਕੱਚੀ ਗੱਲ ਮੈਂ ਕਰਦੇ ਨੀ ਜ਼ਿੰਦਗੀ ਜੀ, ਓਕੇ ਬੋਲੂੰਗਾ ਸੱਚ ਹੁੰਦਾ ਜੀ। ਸੋ ਜਲੰਧਰ ਦੇ ਭੋਗਪੁਰ ਲਾਗੇ ਇੱਕ ਪਿੰਡ ਹੈ, ਤੁਸੀਂ ਉੱਥੋਂ ਦੇ ਰਹਿਣ ਵਾਲੇ ਹੋ? ਗਿੱਲੜਾ ਪਿੰਡ। ਹਾਂਜੀ, ਤੇ ਹੁਣ ਦਿਲ ਨਹੀਂ ਕਰਦਾ ਕਿ ਗਾਣਾ ਇੰਨਾ ਹਿੱਟ ਹੋ ਗਿਆ, ਗਾਣੇ ਇੰਨੇ ਹਿੱਟ ਹੋ ਗਏ, ਹੁਣ ਮੈਂ ਜਾਵਾਂ ਇੱਕ ਵਾਰ ਦੇਖ ਕੇ ਆਵਾਂ ਕੀ ਮਾਹੌਲ ਹੈ ਪਿੰਡ ਦਾ, ਉੱਥੋਂ ਦੇ ਯਾਰ ਦੋਸਤ, ਮੈਨ ਤੁਹਾਡਾ ਹੈ ਨਹੀਂ ਦਿਲ 'ਚ ਹਜੇ ਵਿਚਾਰ? ਜਾਊਂਗਾ ਪਿੰਡ ਜੀ, ਹੁਣ ਜੀ ਤਾਂ ਬੜਾ ਕਰਤਾ, ਹੁਣ ਨਾਲ ਹੁਣ ਮੇਰੇ ਯਾਰ ਦੋਸਤ ਵੀ ਹੈ, ਹੁਣ ਸਾਰੇ ਸਲਾਹ ਨਾਲ ਜਾਵਾਂਗੇ। ਅੱਛਾ, ਤੇ ਤੁਸੀਂ ਜਿਹੜੇ ਗਾਣੇ ਡਾਇਰੈਕਟ ਕੀਤੇ ਕਰਨ ਰੰਧਾਵਾ ਦੇ, ਹੈ ਨਾ, ਹਿੱਟ ਗਏ ਨੇ ਉਹ, 300-300 ਮਿਲੇ। ਤੇ ਮੈਨੂੰ ਇਹ ਪਤਾ ਲੱਗਿਆ ਕਿ ਮਤਲਬ ਰਾਕਾ ਇੰਨਾ ਜ਼ਿਆਦਾ ਕੰਮ ਦੇ ਪ੍ਰਤੀ ਉਹ ਹੈ ਕਿ ਜਦੋਂ ਕਰਦਾ ਦਿਲੋਂ ਕਰਦਾ, ਤੇ ਜਦੋਂ ਨਹੀਂ ਕਰਦਾ ਤਾਂ 2-2 ਸਾਲ ਲਟਕਾ ਵੀ ਦਿੰਦਾ ਹੈ ਗਾਣੇ, ਕਰਜੇ ਕੁਰਜੇ ਲੈ ਜਾਂਦੇ ਆ ਜਦੋਂ, ਫਿਰ ਬੰਦਾ ਥੋੜਾ ਢਿੱਲਾ ਜਿਹਾ ਹੋ ਜਾਂਦਾ, ਪੈਸੇ ਢਿੱਲੇ ਥੋੜੇ ਜਿਹਾ ਸੌਖਾ ਹੋ ਗਿਆ ਕਰਨਾ, ਫਿਰ ਬਸ
ਲੇਜੀ ਜੇ ਰਹੀਦਾ ਹੁੰਦਾ, ਇਕੱਲਾਂ ਗੱਲਾਂ ਦਾ ਮੈਂ ਬਹੁਤ ਸ਼ੌਕੀਨ ਹੁੰਦਾ ਹੈ। ਅੱਛਾ, ਮੇਰਾ ਕਹਿੰਦਾ ਵੀ ਬੰਦਾ ਗਾਣਾ ਬਣਾਉਣ ਹੀ ਦੋ ਦੋ ਚਾਰ ਚਾਰ ਘੰਟੇ ਇਕੱਲੇ ਹੀ ਮਾਰੀ ਜਾਂਦੇ ਬਸ, ਮੇਰੇ ਯਾਰ ਦੋਸਤ ਬੈਠੇ ਸਾਰੇ ਇਹ ਗੱਲਾਂ ਹੀ ਬਸ ਮਾਰਦੇ ਰਹੇ ਹਨ, 3 ਸਾਲ ਹੋ ਗਏ। ਨਹੀਂ ਪਰ ਰਾਕਾ ਬੜੀ ਕਮਾਲ ਦੀ ਗੱਲ ਹੈ ਸੱਚੀ, ਮੈਨੂੰ ਏਦਾਂ ਲੱਗਦਾ ਕਿ ਇੱਥੇ ਥੋੜਾ ਜਿਹਾ ਕੰਮ ਕਿਸੇ ਦਾ ਨਾ ਕਰੋ ਤੇ ਉਹ ਬੰਦਾ ਦਿਲ ਤੇ ਲੈ ਕੇ, ਹੈ ਨਾ? ਮੈਨੂੰ ਤਾਂ ਜੀ, ਮੈਂ ਤਾਂ ਭਾਵੇਂ ਕੁਛ ਵੀ ਕਰਦਾ, ਕੋਈ ਨਹੀਂ ਨਾਰਾਜ਼ ਹੋਇਆ ਕਦੀ ਤੁਹਾਡੇ ਨਾਲ ਵੀ 2 ਸਾਲ ਹੋ ਗਏ ਪੈਸੇ ਵੀ ਦਿੱਤੇ ਤੁਸੀਂ ਗਾਣਾ ਹੀ ਨਹੀਂ ਕੀਤਾ ਸਾਡਾ? ਨਹੀਂ ਇਹ ਪਤਾ ਨਹੀਂ ਕੀ ਚੱਕਰ, ਮੇਰਾ ਤਾਂ ਕੋਈ ਨਾਰਾਜ਼ ਨਹੀਂ ਹੁੰਦਾ ਜੀ, ਮੇਰਾ ਤਾਂ ਇੰਨਾ ਮੂੰਹ ਕਰਦੇ ਸਾਰੇ ਹਿਸਾਬ ਕੋਈ ਨਹੀਂ, ਮੈਂ ਇੱਕ ਫੋਨ ਕਰਾਂ ਮੇਰੇ ਫੋਨ ਤੇ ਹਾਜ਼ਰ ਹੋ ਜਾਂਦੇ ਜੀ ਸਾਰੇ। ਅੱਛਾ, ਮੈਂ ਤਾਂ ਏਡਾ ਕੁਛ ਕੀਤਾ ਵੀ ਨਹੀਂ ਕਿਸੇ ਦੇ, ਅਤੇ ਕੋਈ ਮੇਰੇ ਘਰਦਿਆਂ ਦਾ ਇਹੋ ਜਿਹੀ ਚੰਗਾ ਕਰਮ ਪਤਾ ਨਹੀਂ ਕਿਹਦਾ ਹੋਊਗਾ ਜਿਹੜਾ ਮੈਨੂੰ ਮਿਲੀ ਜਾਂਦਾ ਜੀ। ਬਹੁਤ ਅੱਛੀ ਗੱਲ ਹੈ, ਤੁਸੀਂ ਬਹੁਤ ਸੋਹਣੀ ਜ਼ਿੰਦਗੀ ਸਮੂਥ ਰਾਈਡ ਦੇ ਨਾਲ ਤੁਰੇ ਹੋਏ ਹੋ, ਔਰ ਉਹੀ ਹੋ ਰਿਹਾ ਜੋ ਤੁਸੀਂ ਚਾਹੁੰਦੇ ਸੀਗੇ। ਅੱਛਾ, ਕਲਾਕਾਰਾਂ ਨੂੰ ਬਹੁਤ ਇੱਕ ਅਲੱਗ ਟ੍ਰੀਟਮੈਂਟ ਮਿਲਦਾ, ਤੁਸੀਂ ਬਾਜ਼ਾਰ ਚਲੇ ਗਏ ਹੋ ਤੁਹਾਨੂੰ ਪਿਆਰ ਕਰਨ ਵਾਲੇ ਮਿਲਦੇ ਨੇ, ਤੁਸੀਂ ਕਿਸੇ ਸ਼ੋਪ 'ਤੇ ਚਲੇ ਗਏ ਹੋ ਤਾਂ ਤੁਹਾਡਾ ਬੜਾ ਰਿਕਾਰਡ ਕਰਦੇ ਨੇ, ਸੋ ਮਤਲਬ ਹਿੱਟ ਹੋਣ ਤੋਂ ਬਾਅਦ ਰਾਕਾ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਤੁਹਾਨੂੰ ਬਾਹਰਲੀ ਦੁਨੀਆ ਤੋਂ ਮਿਲਦਾ? ਜੀ ਮੈਨੂੰ ਤਾਂ ਫੀਲ ਹੀ ਨਹੀਂ ਹੋਇਆ ਜੀ ਕੁਛ, ਪਤਾ ਨਹੀਂ, ਮੈਂ ਤਾਂ ਹੌਂਕਾ ਹੀ ਇੰਨਾ ਭਰ ਗਿਆ ਜੀ, ਮੈਂ ਤਾਂ ਬਿਮਾਰ ਹੋ ਗਿਆ, ਅਸੀਂ ਤਾਂ ਡਾਕਟਰ ਕੋਲ ਗਏ ਆ, ਮੈਂ ਕਿਹਾ ਮੈਨੂੰ ਪਤਾ ਨਹੀਂ ਲੱਗਦਾ ਵਾ ਕੁਛ ਕੀ ਹੁੰਦਾ। ਅੱਛਾ, ਉਹਨੇ ਫਿਰ ਮੇਰੇ ਲਾਈਆਂ ਉਹ ਜਿਹੜੇ ਉਹ ਲਾਉਂਦੇ ਨੇ ਡਾਕਟਰ ਟੈਸਟ ਵਾਲੀਆਂ ਉਂਗਲਾਂ ਉਂਗਲਾਂ ਤੇ ਸਾਰਾ ਕੁਛ, ਉਹ ਵੱਡੀ ਜਿਹੀ ਮਸ਼ੀਨ ਵਿੱਚੋਂ ਲਗਾ ਤਾ ਮੈਨੂੰ ਉਹਨਾਂ ਨੇ, ਉਹ ਕਹਿੰਦੇ ਤੂੰ ਤਾਂ 1 ਨੰਬਰ ਆ, ਤੈਨੂੰ ਕੁਛ ਨਹੀਂ ਹੋਇਆ। ਅੱਛਾ, ਕਹਿੰਦੇ ਬਸ ਐਂ ਆ ਵੀ ਜਿੱਦਾਂ ਚੀਜ਼ਾਂ ਤੇਰੇ ਨਾਲ ਹੋ ਗਈਆਂ ਵੀ ਤੂੰ ਪੁਰਾਣੀਆਂ ਗੱਲਾਂ ਨਾ ਚੇਤੇ ਕਰਿਆ ਕਰ, ਵੀ ਜੋ ਹੋ ਰਿਹਾ ਮੂਮੈਂਟ ਬਸ ਉਹਨੂੰ ਇੰਜੋਏ ਕਰ, ਫਿਰ ਸਹੀ ਰਹੇਗਾ। ਤੇ ਤੁਸੀਂ ਜਦੋਂ ਹੋਸਪਿਟਲ ਗਏ ਉੱਥੇ ਲੋਕਾਂ ਨੇ ਡਾਕਟਰ ਨੇ ਪਛਾਣਿਆ ਨਹੀਂ ਤੁਹਾਨੂੰ? ਜੀ ਹੁਣ ਕੱਲ੍ਹ ਤਾਂ ਦੱਸ ਦਾਂਗੇ ਚੱਕਰ ਆ, ਹੁਣ ਕਲਾਕਾਰਾਂ ਨੂੰ ਤਾਂ ਲੋਕ ਜੀ ਇੱਜ਼ਤ ਨਹੀਂ ਦੇਣ ਲੱਗ ਪਏ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਚੱਕਰ ਆ। ਹੁਣ ਉੱਥੇ ਬੜੀ ਲੰਬੀ ਲਾਈਨ ਲੱਗੀ ਸੀ ਜੀ, ਬੜੇ ਮਰੀਜ਼ ਖੜੇ ਸੀਗੇ, ਤੇ ਉਹ ਮੇਰਾ ਦੋਸਤ ਮੇਰੇ ਨਾਲ ਹੀ ਗਿਆ ਸੀਗਾ ਜੀ, ਉਹ ਦੇਖ ਜੋ ਕੈਮਰੇ 'ਚ ਕਿ ਨਹੀਂ, ਲੈਨ ਰੱਖਿਆ ਫਿਰਦੇ ਟਾਈਮ, ਅਤੇ ਉਹ ਮੈਨੂੰ ਇਕੱਲੇ ਨੂੰ ਕੱਢ ਕੇ ਲੈ ਗਏ ਜੀ ਲਾਈਨ ਵਿੱਚ, ਦੀ ਸਭ ਤੋਂ ਪਹਿਲਾਂ ਦਵਾਈ ਮੈਨੂੰ ਦੇ ਦਿਓ ਕਿ ਵਿਹਲਾ ਕਰਤਾ। ਫਿਰ ਮੈਂ ਗੱਡੀ 'ਚ ਆਉਂਦਾ, ਫਿਰ ਮੈਂ ਗੱਲਾਂ ਗੁੱਲਾਂ ਕਰਦੇ ਸੀ ਦੋਨੇ ਜਣੇ, ਮੈਂ ਕਿਹਾ ਯਾਰ ਮੈਂ ਕਿਹੜਾ ਇਹਨਾਂ ਘਰੇ ਦਾਣੇ ਸੁੱਟ ਕੇ ਆਉਣਾ ਆ, ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਵੀ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਮਹੱਤਵ ਦੇ ਦਿੱਤਾ ਜੀ, ਇਹਨਾਂ ਨਾਕਿਆਂ 'ਤੇ ਰੋਕਦੇ ਆ ਜੀ, ਟੋਲ ਪਲਾਜ਼ਾ ਜਿਹੜੇ ਟੋਲ ਨਹੀਂ ਲੈਂਦੇ ਜੀ, ਪਤਾ ਨਹੀਂ ਕਿਉਂ ਮੈਨੂੰ ਨਹੀਂ ਜੀ ਸਮਝ ਆਉਂਦੀ ਨਾ ਕਰਨਾ। ਪਰ ਇਹ ਤਾਂ ਚਲੋ ਅੱਛੀ ਗੱਲ ਹੈ, ਤੁਹਾਨੂੰ ਪਿਆਰ ਕਰਦੇ ਨੇ ਤਾਂ ਹੀ ਇੱਦਾਂ ਹੁੰਦਾ ਹੋਏਗਾ, ਹੈ ਨਾ? ਪਿਆਰ ਹੁਣ ਆਮ ਲੋਕ ਜੀ ਉਹਨਾਂ ਨੂੰ ਜ਼ਿਆਦਾ ਕਰਨਾ ਚਾਹੀਦਾ ਜੀ, ਸਾਨੂੰ ਤਾਂ ਰੱਬ ਨੇ ਮਾੜਾ ਮੋਟਾ ਦਿੱਤਾ ਹੀ, ਅਸੀਂ ਤਾਂ ਟੋਲ ਪਲਾਜ਼ਾ ਦੇ ਸਕਦੇ ਕਰ ਸਕਦੇ ਹਾਂ। ਹਾਂਜੀ, ਉਹ ਚੀਜ਼ਾਂ ਨੇ ਹੁਣ ਮੈਂ ਚੰਗਾ, ਹੁਣ ਮੈਂ ਕੈਮਰੇ ਮੋਰੇ ਚੀਜ਼ਾਂ ਹੈ ਨੂੰ ਗੱਲਾਂ ਕਰਨੀਆਂ ਬੜੀਆਂ ਉਹ ਲੱਗਦੀਆਂ, ਵੀ ਲੋਕਾਂ ਨੇ ਕਹਿਣਾ ਇਹ ਤਾਂ ਬਹੁਤ ਚੰਗਾ ਬਣੀ ਜਾਂਦਾ, ਸਿਆਣਾ ਬਣੀ ਜਾਂਦਾ। ਮੈਂ ਤਦੀ ਪਹਿਲਾਂ ਇੰਟਰਵਿਊ ਕਰਦਾ ਨਹੀਂ ਸੀਗਾ ਜੀ। ਅੱਛਾ, ਉਹ ਫਿਰ ਕੀ ਬੰਦਾ ਮਜਬੂਰ ਨਹੀਂ ਹੋ ਜਾਂਦਾ ਜਦੋਂ ਲੋਕ ਚੰਗੀਆਂ ਮਾੜੀਆਂ ਗੱਲਾਂ ਕਰਦੇ, ਵੀ ਕਰਨੀਆਂ ਇੱਕ ਵਾਰੀ ਤਾਂ ਕੈਮਰੇ ਮੋਰੇ ਆਉਣਾ ਪੈਣਾ ਹੀ ਆ, ਉਹ ਚੱਕਰ ਹੈ ਜੀ। ਬਾਕੀ ਹੁਣ ਜੋ ਦਿਲ ਦੀ ਗੱਲ ਕਰਦਾਂਗੇ ਬਾਕੀ ਦੇਖੀ ਜਾਓ। ਨਹੀਂ ਜੀ, ਬਹੁਤ ਅੱਛੀ ਗੱਲ ਹੈ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਐਂਡ ਬਹੁਤ ਇਮਾਨਦਾਰੀ ਦੇ ਨਾਲ ਆਪਣੀਆਂ ਗੱਲਾਂ ਰੱਖਦੇ ਹੋ, ਇਹ ਸਭ ਤੋਂ ਅੱਛੀ ਗੱਲ ਹੈ ਰਾਕਾ, ਕਿਉਂਕਿ ਯੂਜੁਅਲੀ ਲੋਕ ਜਿਹੜੇ ਨੇ ਇੱਕ ਮੁਕਾਮ ਹਾਸਲ ਕਰਨ ਤੋਂ ਬਾਅਦ ਕੁਛ ਹੋਰ ਹੋ ਜਾਂਦੇ ਨੇ ਦੁਨੀਆ ਸਾਹਮਣੇ, ਕਿਤੇ ਮਜਬੂਰੀ ਵੀ ਹੋ ਜਾਂਦੀ ਹੈ ਅਤੇ ਕਿਤੇ ਉਹਨਾਂ ਨੂੰ ਚੇਂਜ ਹੋਣਾ ਵੀ ਪੈ ਜਾਂਦਾ। ਐਨੀਵੇਜ਼, ਤੁਸੀਂ ਤੁਹਾਡਾ ਯੂਟਿਊਬ 'ਤੇ ਖੁਦ ਦਾ ਚੈਨਲ ਹੈ, ਤੁਸੀਂ ਉਹਦੇ ਤੋਂ ਹੀ ਗਾਣੇ ਕਰ ਰਹੇ ਹੋ, EP ਦੇ 4 ਗਾਣੇ ਆਏ ਨੇ। ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਤੁਹਾਡੇ ਕਵਰ ਫੋਟੋ 'ਤੇ ਇੱਕ ਹੀ ਕਰੈਕਟਰ ਹੈਗਾ, ਉਹ ਅਲੱਗ ਅਲੱਗ ਕਲਰਸ ਦੇ ਵਿੱਚ ਹੈ, ਐਜ਼ ਇਟ ਇਜ਼ ਉਹ ਤੁਹਾਡੇ ਗਾਣਿਆਂ ਦੇ ਹੈ, ਮੈਨੂੰ ਪਲੀਜ਼ ਉਹ ਦੱਸੋ ਵੀ ਉਹ ਕੀ ਉਹਦੇ ਪਿੱਛੇ ਕੀ ਉਹ ਰਾਕਾ ਹੈ ਜੀ? ਉਹ ਰਾਕਾ ਬਣਾਉਂਦੇ ਸੀਗੇ ਜੀ ਕੁਛ, ਪਹਿਲਾਂ ਮਤਲਬ ਇੱਕ ਸੋਚਿਆ ਵੀ ਐਨੀਮੇਸ਼ਨ ਜਿਹਾ ਬਣਾਵਾਂਗੇ। ਹਾਂਜੀ, ਉਹ ਜੇ ਮੈਂ ਤੁਹਾਨੂੰ ਦਿਖਾ ਦਵਾਂ ਰਾਕਾ ਕੀ ਬਣਾਇਆ ਤੇ ਹੱਸ ਹੱਸ ਦੂਰੇ ਹੋ ਜਾਣਾ ਇੱਥੇ, ਪਹਿਲਾਂ ਤਾਂ ਕੁਛ ਹੋਰ ਹੀ ਬਣਾ ਕੇ ਭੇਜਤਾ ਜੀ। ਅੱਛਾ, ਫਿਰ ਅਸੀਂ ਉਹਨੂੰ ਮਿਹਨਤ ਮੁਹਨਤ ਕਰਕੇ ਜੀ ਕਾਰਟੂਨ ਜਿਹਾ ਤਿਆਰ ਕੀਤਾ ਇੱਕ ਜੀ, ਸਾਰਿਆਂ ਨੂੰ ਵਧੀਆ ਲੱਗਾ, ਫਿਰ ਚੱਕ ਤਾਂ ਗਾਉਂਗੀ ਤੁਹਾਨੂੰ ਦਿਖਾਵਾਂ ਜੇ ਕੈਮਰੇ 'ਚ ਦਿਖ ਜਾਓ, ਰਹਿਣ ਹੀ ਦਈਏ ਬੇਇੱਜ਼ਤੀ ਮੇਰੀ ਉਹਦੇ ਵਿੱਚ। ਅੱਛਾ ਰਾਕਾ, ਸਭ ਕੁਛ ਬਹੁਤ ਵਧੀਆ ਹੋ ਰਿਹਾ ਹੈ ਨਾ, ਬਟ
ਕਿੰਨੀ ਕੁ ਲਾਈਫ ਚੇਂਜ ਹੋ ਜਾਂਦੀ ਹੈ ਇੱਕ ਆਮ ਇਨਸਾਨ ਤੋਂ। ਤੁਸੀਂ ਆਪਣੇ ਆਪ ਨੂੰ ਆਮ ਸਮਝਦੇ ਹੋ ਲੇਕਿਨ ਦੁਨੀਆਂ ਨਹੀਂ ਸਮਝਦੀ ਨਾ ਦੁਨੀਆਂ ਲਈ। ਮੈਂ ਤੁਹਾਨੂੰ ਦੱਸਾਂ ਮੇਰਾ ਕੁਛ ਨਹੀਂ ਹੋਇਆ ਜੀ। ਮੇਰੇ ਤਾਂ ਯਾਰ ਦੋਸਤ ਪਹਿਲਾਂ ਵੀ ਆਏ ਬੈਠੇ ਜੀ, ਗਾਣੇ ਤੋਂ ਬਾਅਦ ਵੀ ਨਾ ਜੀ ਬੈਠਾ। ਮੇਰਾ ਜੀ ਇੱਥੇ ਲੱਗਦਾ ਜੀ, ਇੱਥੇ ਬੈਠੇ ਹੋਈ ਦਾ, ਇੱਥੇ ਫਿਲਮ ਨੂੰ ਦੇਖ ਲਈ ਪਹਿਲਾਂ ਵੀ ਇੱਦਾਂ ਚੱਲਦੀ ਚੱਲਦੀ ਜੀ, ਹੁਣ ਵੀ ਉੱਦਾਂ ਚੱਲਦੀ। ਓਕੇ, ਤੇ ਤੁਹਾਡਾ ਗਾਣਾ ਤਾਂ ਬਹੁਤ ਹੀ ਚੱਲਿਆ, ਤਾਂ ਸਭ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ। ਉਸ ਤੋਂ ਬਾਅਦ ਏਪੀ ਦੇਵੀ ਜਿਹੜੇ ਗਾਣੇ ਨੇ, ਤੇ ਰਾਕਾ ਗੀਤ ਅਨਡਾਊਟਡਲੀ ਤੁਹਾਡੇ ਸਾਰੇ ਬੜਾ ਪਸੰਦ ਕਰਦੇ ਨੇ, ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਉਹਨਾਂ ਦੇ ਟਾਈਟਲਾਂ ਦੀ ਗੱਲ ਕੀਤੀ ਜਾਵੇ ਜਾਂ ਉਹਨਾਂ ਦੀ ਸ਼ਬਦਾਵਲੀ ਦੀ ਗੱਲ ਕੀਤੀ ਜਾਵੇ ਜੋ ਕਿ ਤੁਸੀਂ ਖੁਦ ਹੀ ਲਿਖਦੇ ਹੋ, ਤੇ ਕੀ ਗੀਤਾਂ ਦਾ ਇੱਕੋ ਹੀ ਮਕਸਦ ਹੈ ਐਂਟਰਟੇਨਮੈਂਟ? ਕਿਉਂਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਇੰਡਸਟਰੀ ਜੋ ਕੁਛ ਵੀ ਗਾਉਂਦੀ ਹੈ ਜਾਂ ਦਿਖਾਉਂਦੀ ਹੈ ਉਹੀ ਜ਼ਿੰਮੇਵਾਰ ਹੁੰਦੀ ਹੈ ਯੂਥ ਦੇ ਉੱਤੇ, ਹੈ ਨਾ, ਸਾਰਿਆਂ ਨੂੰ ਇਹੀ ਲੱਗਦਾ, ਬਟ ਹਰ ਆਰਟਿਸਟ ਦਾ ਇਸ ਨੂੰ ਲੈ ਕੇ ਵੱਖਰਾ ਨਜ਼ਰੀਆ ਹੈ, ਕਿਉਂਕਿ ਸਾਰੇ ਗਾਉਂਦੇ ਵੀ ਨੇ, ਕਿਉਂਕਿ ਉਹ ਕਲਾਕਾਰ ਨੇ ਔਰ ਉਹਨਾਂ ਦਾ ਮੰਨਣਾ ਇਹ ਹੈ ਕਿ ਹਰ ਚੀਜ਼ ਐਂਟਰਟੇਨ ਦੇ ਲਈ ਹੈ ਜਿਹਨੂੰ ਅੱਛੀ ਲੱਗਦੀ ਹੈ ਦੇਖੇ ਔਰ ਸੁਣੇ, ਨਹੀਂ ਤੇ ਇਟਸ ਅਪ ਟੂ ਦ ਆਡੀਅੰਸ। ਰਾਕਾ ਕੀ ਸਮਝਦਾ ਹੈ ਆਪਣੇ ਗੀਤਾਂ ਦੇ ਲਈ? ਜੀ ਮੈਨੂੰ ਤਾਂ ਨਾ ਮੈਂ ਸੋਚਿਆ ਨਹੀਂ ਸੀਗਾ ਜੀ ਇੱਦਾਂ ਚੱਲ ਜਾਣਗੇ ਗਾਣੇ। ਹਾਂਜੀ, ਹਨਾ ਵੀ ਇੱਦਾਂ ਲੋਕ ਸੁਣਨਗੇ ਗਾਣੇ ਨੂੰ, ਇੰਨਾ ਸੁਣਨਗੇ ਨਾ ਜੀ। ਮੈਂ ਤਾਂ ਇੱਕ ਨੋਰਮਲ ਜਿਹਾ ਆਪਣੇ ਵੱਲੋਂ, ਅਸੀਂ ਆਪਸ ਵਿੱਚ ਸੁਣ ਕੇ ਬੜਾ ਖੁਸ਼ ਹੁੰਦੇ ਸੀ ਗਾਣਾ, ਸਾਨੂੰ ਫਨੀ ਜਿਹਾ ਲੱਗਦਾ ਸੀ। ਹਾਂਜੀ ਹਾਂਜੀ, ਅਸੀਂ ਤਾਂ ਉਸ ਨਜ਼ਰੀਏ ਨਾਲ ਕੀਤਾ ਸੀਗਾ ਵੀ ਲੋਕ ਵੀ ਖੁਸ਼ ਹੋਣਗੇ। ਅੱਜ ਕੱਲ੍ਹ ਤਾਂ ਜੀ ਗੁੱਸੇ ਵਾਲੇ ਗਾਣੇ ਆਉਂਦੇ ਜੀ ਸਾਰੇ, ਗੁੱਸੇ ਵਾਲਾ ਮੂੰਹ ਬਣਾਉਂਦੇ ਬਣਾ ਕੇ ਐ ਘੁੰਮਦੇ ਰਹਿੰਦੇ ਵੀਡੀਓ ਵਿੱਚ ਸਾਰੇ। ਹੁਣ ਮੈਨੂੰ ਸੀਗਾ ਵੀ ਆਪਾਂ ਕੁਛ ਖੁਸ਼ ਦਿਲੀ ਵਾਲੀ ਚੀਜ਼ ਕਰੀਏ, ਜਿੱਦਾਂ ਮੈਂ ਨੱਚਦਾ ਟੱਪਦਾ ਸੀਗਾ ਜੀ। ਜੀ ਕਲਾਕਾਰਾਂ ਵਾਂਗੂ ਕਲਾਕਾਰੀ ਕਰਨੀ ਚਾਹੁੰਦੇ, ਜਿੱਦਾਂ ਕਲਾਕਾਰ ਹੁੰਦਾ ਜੀ, ਮੈਂ ਤਾਂ ਆਪਣੇ ਨੂੰ ਉਹ ਚੀਜ਼ ਸੋਚ ਕੇ ਕੀਤੀ ਵੀ ਹੈਪੀ ਵਾਈਬ ਜੀ ਵਾਲਾ ਗਾਣਾ ਬਣਾਵਾਂਗੇ। ਜੀ ਉਹ ਮੁੜ ਕੇ ਆਏ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਲੋਕ ਇਸ ਚੀਜ਼ ਨੂੰ ਮਾੜਾ ਵੀ ਕਹਿੰਦੇ ਆ, ਕਈ ਕਈ ਵਧੀਆ ਵੀ ਕਹਿੰਦੇ ਆ, ਬਸ ਮੈਨੂੰ ਪਤਾ ਹੀ ਨਹੀਂ ਮੈਨੂੰ ਚੰਗਾ ਕੀ ਹੁੰਦਾ ਜੀ, ਮੈਂ ਤਾਂ ਆਪਣੇ ਨੂੰ ਚੰਗਾ ਹੀ ਕੀਤਾ ਦੇਖਿਆ ਜੀ। ਨਹੀਂ ਪਰ 35 million ਲੋਕਾਂ ਨੂੰ ਚੰਗਾ ਹੀ ਲੱਗਿਆ, ਤਾਂ ਹੀ ਇੰਨੇ ਵਿਊਜ਼ ਹੋਏ ਨੇ ਤੁਹਾਡੇ ਗਾਣੇ ਨੂੰ, ਔਰ ਵਾਕਈ ਬਹੁਤ ਇੱਕ ਅਲੱਗ ਜੀ ਵਾਈਬ ਵਾਲਾ ਗਾਣਾ, ਇਟਸ ਅ ਹੈਪੀ ਵਾਈਬ ਸੌਂਗ, ਹੈ ਨਾ। ਸੀਰੀਅਸ ਇੰਨਾ ਲੈਣਾ ਨਹੀਂ ਚਾਹੀਦਾ ਜੀ ਗਾਣਿਆਂ ਨੂੰ ਜੀ, ਲੋਕ ਪਤਾ ਨਹੀਂ ਮੈਨੂੰ ਨਹੀਂ ਪਤਾ ਵੀ ਇੰਨੇ ਮਹੱਤਵ ਕਿਉਂ ਦੇਣ ਲੱਗ ਪਏ ਗੀਤਾਂ ਨੂੰ, ਕਲਾਕਾਰਾਂ ਨੂੰ। ਅਸੀਂ ਤਾਂ ਮੈਂ ਐਕਸੈਪਟ ਕਰਦਾ ਜੇ ਤਾਂ ਝੂਠੇ ਹੁੰਦੇ ਜੀ, ਅਸੀਂ ਉਹ ਚੀਜ਼ ਜੋ ਮਤਲਬ ਲੋਕੀ ਸਮਝ ਲੈਂਦੇ ਵੀ ਕਲਾਕਾਰ ਗੱਲਾਂ ਕਰਦੇ ਗੀਤਾਂ ਵਿੱਚ ਵੀ ਐਂ ਮੁੜ ਕੇ ਇੰਟਰਟੇਨਮੈਂਟ ਦੇ ਨਾਂ 'ਤੇ ਵੀ ਐਂ ਕਹਿੰਦੇ ਵੀ ਤਾਂ ਇੰਟਰਟੇਨਮੈਂਟ ਆ, ਲੋਕ ਪਿੱਛੇ ਲੱਗ ਜਾਂਦੇ ਆ। ਹੁਣ ਮੈਂ ਉੱਦਾਂ ਪਿੱਛੇ ਨਹੀਂ ਲਾ ਸਕਦਾ ਜੀ ਲੋਕਾਂ ਨੂੰ, ਮੈਂ ਮੰਨਦਾ ਵੀ ਗਾਣੇ ਗਲਤ ਨਸ਼ੇ ਦੇ ਗਾਉਣਾ, ਮੈਂ ਤਾਂ ਕਹਿੰਦਾ ਸੁਣਨੇ ਚਾਹੀਦੇ ਨੀਗੇ ਜੀ ਗਾਣੇ, ਸੁਣਨੇ ਸਾਰੇ ਕਿਸੇ ਦੇ ਕੋਈ ਵੀ ਮਾੜਾ ਗਾਣਾ ਹੁੰਦਾ ਸੁਣੇ ਨਾ ਜੀ, ਮੈਂ ਤਾਂ 2-3 ਕੰਮ ਆਉਂਦੇ ਆ ਜੀ ਸਿੱਖਿਆ, ਮੈਂ ਤਾਂ ਭੁੱਖਾ ਨਹੀਂ ਮਾਰਦਾ, ਰੋਟੀ ਪਾਣੀ ਮਾੜਾ ਮੋਟਾ ਖਾਈ ਜਾਊਂਗੀ। ਨਹੀਂ ਤਾਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਇੰਨੇ ਕੈਮਰਾ ਸ਼ਾਈ ਹੋ, ਤੁਹਾਨੂੰ ਇੰਨਾ ਜ਼ਿਆਦਾ ਤੁਸੀਂ ਹੈਜ਼ੀਟੇਟ ਫੀਲ ਕਰਦੇ ਹੋ, ਤੁਹਾਨੂੰ ਮਤਲਬ ਤੁਸੀਂ ਸ਼ਰਮਾਉਂਦੇ ਹੋ ਕਿ ਜਦੋਂ ਅਮਲੀ ਐਂਥਮ ਗਾਣਾ ਕਰਨਾ ਸੀ ਤਾਂ ਤੁਸੀਂ ਬਹੁਤ ਜ਼ਿਆਦਾ ਨਰਵਸ ਸੀ ਕੈਮਰੇ ਅੱਗੇ ਆਉਣ ਤੋਂ, ਤੁਹਾਡੇ ਮਨ 'ਚ ਇਹ ਵੀ ਸੀਗਾ ਕਿ ਇਸ ਤੋਂ ਚੰਗਾ ਤਾਂ ਮਿਊਜ਼ਿਕ ਡਾਇਰੈਕਸ਼ਨ ਵਾਲਾ ਕੰਮ ਹੀ ਸੀਗਾ ਜਿਹੜਾ ਕਿ ਤੁਸੀਂ ਇਸੇ ਲਈ ਛੱਡਿਆ ਸੀ ਕਿ ਬਹੁਤ ਘੰਟੇ ਬਹਿਣਾ ਪੈਂਦਾ ਅਤੇ ਇਸ ਕਰਕੇ ਸਿੰਗਿੰਗ ਇਜ਼ ਬੈਟਰ। ਹਾਂਜੀ, ਮੁੜ ਕੇ ਜਦੋਂ ਸ਼ੂਟ ਦੀ ਵਾਰੀ ਆਈ ਤੁਸੀਂ ਉੱਥੇ ਵੀ ਕਹਿੰਦੇ ਵੀ ਕੈਮਰਾ ਸ਼ਾਏ ਹੋ ਗਏ? ਪਹਿਲਾਂ ਤਾਂ ਮੈਂ ਪੂਰਾ ਕੋਨਫੀਡੈਂਸ 'ਚ ਹਾਂ ਜੀ, ਮੈਂ ਚੱਕਦਾ ਕੰਮ ਕੀ ਚੱਕਣ ਨੂੰ, ਉਹ ਫਿਰ ਜਦੋਂ ਮੈਂ ਕਿਹਾ ਐਕਸ਼ਨ ਕੈਮਰੇ ਮੇਰੇ ਫਿਰ ਪਤਾ ਨਹੀਂ ਜੀ ਕੈਨੂੰ ਜਾਣਾ ਆ, ਉਹ ਕਹਿੰਦੇ ਸੀ ਐਨੂੰ ਜਾਣਾ, ਮੈਂ ਉਹਨੂੰ ਤੁਰ ਜਾਂਦਾ। ਅੱਛਾ, ਫਿਰ ਮੈਂ ਸੋਚਿਆ ਵੀ ਕਿਤੇ ਧਰਤੀ ਪਾੜ ਜੇ ਵਿੱਚੋਂ ਨਿਕਲ ਜੀ ਸਾਰੇ ਜਾਣੇ ਮੁੱਕ ਜੇ ਕੰਮ ਆ ਜਿੱਥੇ ਵੀ ਕਿਹੜੇ ਚੱਕਰਾਂ 'ਚ ਪੈ ਗਏ, ਹਾਂ ਬੜਾ ਸੋਹਣਾ ਮਿਊਜ਼ਿਕ ਕਰਦੇ ਆ, ਜਦੋਂ ਲੋੜ ਪੈਂਦੀ ਪੈਸੇ ਦੀ ਫੋਨ ਚੱਕ ਲੈਂਦੇ। ਤਾਂ ਨਹੀਂ ਮੈਂ ਤਾਂ ਜੀ ਉਹ ਜ਼ਿੰਦਗੀ ਮੈਂ ਤਾਂ ਆਪਣੇ ਨੂੰ ਬੜਾ ਦਲੇਰ ਸਮਝਦਾ ਹਾਂ, ਪਰ ਉਦਣ ਮੈਂ ਡਰ ਦੇਖਿਆ ਜੀ ਕੀ ਹੁੰਦਾ। ਮੈਂ ਸੁਣਿਆ ਵੀ ਜਿਹੜੇ ਡਾਇਰੈਕਸ਼ਨ ਦੇ ਪਿੱਛੇ ਕੈਮਰੇ ਦੇ ਪਿੱਛੇ ਸੀਗੇ ਉਹ ਪਹਿਲੇ ਰਾਕਾ ਭਾਜੀ ਕਰ ਰਹੇ ਸੀ, ਇੱਕ ਟਾਈਮ ਤੇ ਆ ਕੇ ਉਹਨਾਂ ਨੇ ਕਿਹਾ ਵੀ ਰਾਕਿਆ ਹੁਣ ਕਰ ਲੈ ਇਹ, ਸੱਚ ਦੋਸਤੀ ਆ ਜੀ ਰਾਜਨ ਉਹ ਬੈਠਾ ਅੰਦਰ ਚਲ ਗਿਆ। ਅੱਛਾ, ਤੇ ਉਹਨੂੰ ਸੀਗਾ ਵੀ 4 ਬੰਦੇ ਇਕੱਠੇ ਹੋਏ ਆ ਇਹਦੇ ਵਿੱਚ ਇੱਜ਼ਤ ਜੀ ਕਰਾਂ ਇਹਦੀ ਵੀ
ਕਲਾਕਾਰ ਜੀ ਆਇਆ, ਮੈਨੂੰ ਕਹਿੰਦੇ ਰਾਕਾ ਵੀਰ ਜੀ ਆਇਆ ਕਰੋ, ਰਾਕਾ ਵੀਰ ਜੀ ਕਰੋ, ਰਾਕਾ ਵੀਰ ਜੀ ਤਾਂ ਬੌਂਕੇ ਰਾਕਾ ਵੀਰ ਜੀ ਨੂੰ ਪਤਾ ਹੀ ਕੁਛ ਨੀ, ਜਾਣਾ ਕਿਆ ਇਹਨੂੰ। ਅੱਛਾ ਫਿਰ ਉਹ ਰਾਕਿਆ ਹੁਣ ਗਾਲਾਂ ਗੁਲਾਂ ਵੀ ਕੱਢਦਾ ਰਿਹਾ, ਮੈਂ ਕੈਮਰੇ ਮੂਹਰੇ ਤਾਂ ਨੀ ਕੱਢੂਗਾ, ਰਾਕਿਆ ਕਰ ਲਾ ਦਿਨ ਟੱਪ ਚੱਲਿਆ ਸੂਰਜ ਡੁੱਬ ਜਾਣਾ, ਪਰ ਕਰਾ ਗਿਆ ਜੀ ਬੜੇ ਦਿਖਾ ਦੇ ਮੂਹਰੇ ਹੋਣਾ ਕੈਮਰੇ। ਸੋ ਰਾਕੇ ਸਭ ਤੋਂ ਇੰਪੋਰਟੈਂਟ ਕੀ ਹੁੰਦਾ ਜਦੋਂ ਤੁਸੀਂ ਕਲਾਕਾਰ ਬਣ ਜਾਂਦੇ ਹੋ, ਹਾਊ ਟੂ ਕੈਰੀ ਯੋਰ ਸੈਲਫ, ਤੁਹਾਡੀ ਸਟਾਈਲਿੰਗ ਕਿਹੋ ਜਿਹੀ ਹੈ, ਤੁਹਾਡਾ ਫੈਸ਼ਨ ਕੀ ਹੈ। ਸੋ ਮੈਂ ਤੁਹਾਡੇ ਕੋਲੋਂ ਜਾਣਦਾ, ਪਹਿਲੇ ਗਾਣੇ ਦੀ ਗੱਲ ਕਰਦੇ ਹਾਂ, ਤੁਹਾਡਾ ਵਾਈਟ ਆਊਟਫਿਟ, ਤੁਹਾਡੇ ਕਲਰਸ ਕੰਪਲੀਮੈਂਟ ਕਰ ਰਹੇ ਨੇ, ਸੋ ਸਟਾਈਲਿੰਗ ਕੀ ਰਾਕਾ ਦੀ ਖੁਦ ਦੀ ਐਕਚੁਅਲ ਸਟਾਈਲਿੰਗ ਹੈ ਅਸਲ ਜ਼ਿੰਦਗੀ ਵਾਲੀ, ਜਾਂ ਟੀਮ ਵਰਕ ਸੀਗਾ ਉਹਦੇ ਪਿੱਛੇ ਕਿ ਇਹ ਕੱਪੜੇ ਹੋਣੇ ਚਾਹੀਦੇ, ਸਟਾਈਲਿੰਗ ਹੋਣੀ ਚਾਹੀਦੀ ਹੈ? ਵਾਲ ਮੂਲ ਤਾਂ ਮੈਂ ਸ਼ੁਰੂ ਤੋਂ ਦੱਸਿਆ ਸ਼ੌਂਕ ਹੀ ਸੀਗਾ ਜੀ, ਕੱਪੜੇ ਵੀ ਐਂ ਸ਼ੌਂਕ ਸੀਗਾ ਜੀ, ਮਤਲਬ ਇੱਦਾਂ ਹੀ ਕਲਾਕਾਰੀ ਸੋਚੀ ਸੀਗੀ ਜੀ ਐਂ ਕਰਨੀ ਆ, ਵੀ ਮੈਂ ਜੋ ਸਾਡਾ ਮਤਲਬ ਕਲਚਰਲ ਇੱਕ ਚੀਜ਼ ਇਹੋ ਜਿਹੀ ਹੁੰਦੀ ਆ ਜੀ, ਮੈਂ ਉਹੋ ਜਿਹੀ ਕਰਨੀ ਚਾਹੁੰਦੇ। ਮੈਂ ਇਹ ਮੈਂ ਸੋਚਿਆ ਨਹੀਂ ਮੈਂ ਗਾਣਾ ਚਲਾਉਣਾ ਕਿ ਨਹੀਂ ਚਲਾਉਣਾ ਜੀ, ਮੈਂ ਇਹ ਸੋਚਿਆ ਜੀ ਵੀ ਬਸ ਜੋ ਸਾਡੀ ਕਲਚਰਲ ਚੀਜ਼ ਹੁੰਦੀ, ਕਿਉਂਕਿ ਮੈਂ ਜੀ ਮਤਲਬ ਜਿਹੜੇ ਸਾਡੇ ਪਿੰਡਾਂ ਪੁੰਡਾਂ ਦੇ ਲੋਕ ਹੁੰਦੇ ਆ ਜੀ, ਉਹਨਾਂ ਵਾਸਤੇ ਗਾਣਾ ਬਣਾਉਣਾ ਚਾਹੁੰਦਾ ਸੀਗਾ ਜੀ, ਵੀ ਉਹ ਸੁਣਨ ਹੁਣ ਇੱਕ ਪੇਂਡੂ ਜਿਹਾ ਟੱਚ ਹੋਵੇ, ਇੱਕ ਦੇਸੀ ਜੀ ਵਾਈਬ ਹੋਵੇ ਜੀ, ਉਹ ਵੀ ਕਰਨਾ ਚਾਹੁੰਦਾ ਸੀ। ਉਹ ਗਾਣਾ ਮੁੜ ਕੇ ਚੱਲ ਹਰ ਬੰਨੇ ਗਿਆ ਜੀ ਜੀ, ਤੇ ਫਿਰ ਮੈਨੂੰ ਆਇਆ ਸੀਗਾ ਵੀ ਲੋਕ ਇਹ ਵੀ ਚੀਜ਼ਾਂ ਪੈਨ ਇੰਡੀਆ ਪਸੰਦ ਕਰਦੇ ਆ, ਕਰਦੇ ਨੇ ਹਾਂ, ਵੀ ਤੁਸੀਂ ਖੁੱਲੇ ਖੁੱਲੇ ਬੈਗੀ ਬੂਗੀ ਕੱਪੜੇ ਪਾਉਣੇ ਆ, ਜਾਂ ਤੁਸੀਂ ਹਿਪ ਹੌਪ ਗਾਉਣਾ, ਟ੍ਰੈਪ ਗਾਉਣਾ ਜੀ, ਇਹ ਵੀ ਚੀਜ਼ਾਂ ਲੋਕ ਸੁਣ ਲੈਂਦੇ ਜੀ। ਬਿਲਕੁਲ, ਅੱਛਾ ਪਿਆਰ ਮਿਲ ਰਿਹਾ ਹੁਣ ਤੱਕ ਵੀ ਮਿਲ ਰਿਹਾ ਹੈ ਨਾ। ਅੱਛਾ ਤੇ ਜਿਹੜੀ ਸਟਾਈਲਿੰਗ ਤੁਸੀਂ ਅੱਜ ਕੀਤੀ ਹੋਈ ਹੈ, ਹੈਂਕੀ ਮਤਲਬ ਡੰਡਾਨਾ ਕਹਿੰਦੇ ਆ, ਪਰ ਤੁਸੀਂ ਹੈਂਕੀ ਬਣਿਆ ਹੋਇਆ, ਤੁਹਾਡੇ ਹੇਅਰ ਕਲਰ, ਤੁਹਾਡਾ ਟੈਟੂ ਐਂਡ ਐਵਰੀਥਿੰਗ, ਆਈ ਮੀਨ ਇਹ ਸਟਾਈਲਿੰਗ ਰਾਕਾ ਦੀ ਸ਼ੁਰੂ ਤੋਂ ਹੀ ਹੈ ਜਾਂ ਇੰਡਸਟਰੀ 'ਚ ਹੌਲੀ ਹੌਲੀ ਆਪਣੇ ਆਪ ਨੂੰ ਗਰੂਮ ਕੀਤਾ ਰਾਕੇ ਜੀ? ਮੈਨੂੰ ਨਾ ਛੋਟੇ ਹੁੰਦੇ ਤੋਂ ਬਹੁਤ ਸ਼ੌਂਕ ਸੀਗਾ ਜੀ ਇਹਨਾਂ ਚੀਜ਼ਾਂ ਦਾ ਜੀ, ਵੀ ਪਤਾ ਨਹੀਂ ਰੱਬ ਵੱਲੋਂ ਹੀ ਜੀ, ਇਹ 'ਚ ਮੇਰਾ ਵੀ ਨਹੀਂ ਕਸੂਰ, ਮੈਂ ਤਾਂ ਬਹੁਤ ਕੀ ਕਰੀ ਜਾਂਦੇ ਕੋਈ, ਮੈਂ ਕੀ ਕਹਿੰਦਾ ਜੀ, ਹਾਂ ਇਹ ਮੈਨੂੰ ਸ਼ੌਂਕ ਜੀ, ਮੱਖੀਆਂ ਕਿੱਥੋਂ ਆ ਗਈਆਂ ਜੀ ਜਦੋਂ ਮੇਰੇ ਪੱਲੇ ਕੁੱਖ ਨੀ ਸੀ, ਹੁਣ ਮੈਂ ਆਉਂਦਾ ਉਹ ਜੇ ਘਰਾਂ ਚੋਂ ਸਾਡੇ ਪੱਲੇ ਕੁੱਖ ਨਾ ਹੋਵੇ, ਪਰ ਸਾਨੂੰ ਸਾਡੇ ਵਾਲ ਬਲੋਟੀ ਚ ਚਾਹੀਦੇ ਆ, ਉਹਨੇ ਸ਼ੌਂਕ ਸੀਗਾ ਜੀ ਬਹੁਤ ਜ਼ਿਆਦਾ। ਹੁਣ ਤਾਂ ਚਲੋ ਐਂ ਹੋ ਗਿਆ ਵੀ ਹੁਣ ਜੇ ਹੁਣ ਪਹਿਲਾਂ ਸ਼ੌਂਕ ਪੂਰਾ ਕੀਤਾ ਤਾਂ ਕਦੋਂ ਕਰਨਾ ਜੀ, ਹੁਣ ਮੈਂ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਕਰਦਾ ਜੀ, ਮੈਂ ਤਾਂ ਕਦੀ ਫੋਟੋ ਵੀ ਨਹੀਂ ਪਾਈ ਲੋਕਾਂ ਨੇ, ਮੈਨੂੰ ਹੁਣ ਦੇਖਿਆ ਮੈਂ 3 ਸਾਲ ਇੰਡਸਟਰੀ 'ਚੋਂ, ਹਾਂਜੀ ਕਦੀ ਮੈਂ ਫੋਟੋ ਨਹੀਂ ਪਾਈ ਜੀ, ਮੈਂ ਸਿਰਫ ਆਪਣੇ ਆਪ ਨੂੰ ਮੈਨੂੰ ਕੋਨਫੀਡੈਂਸ ਜਿਹਾ ਆਉਂਦਾ ਸੀ। ਅੱਛਾ ਟੈਟੂ ਬਣਾ ਲਏ, ਵਾਲ ਰੰਗਾ ਲਏ, 50-60 ਰੰਗ ਕਰਾ ਲਏ ਮੈਂ ਵਾਲਾਂ ਨੂੰ, ਕੋਈ ਰੰਗ ਹੁਣ ਤਾਂ ਮੈਨੂੰ ਰੰਗ ਨਹੀਂ ਲੱਭਦਾ ਜੀ ਕਿਹੜਾ ਕਰਾਉਣਾ। ਅੱਛਾ ਹਾਂਜੀ, ਹੁਣ ਤਾਂ 2-2, 3-3 ਮਿਕਸ ਕਰਕੇ ਕਰਦੀ ਤਾਂ ਜਿਹੜਾ ਚੜ ਜਾਂਦਾ ਉਹੀ ਰੱਖ ਲਈ ਜੀ। ਓਕੇ, ਸੋ ਸਾਡੀ ਇੰਡਸਟਰੀ ਦੇ ਵਿੱਚ ਬੜੇ ਸਾਰੇ ਕਲਾਕਾਰ ਨੇ ਹੁਣ ਤਾਂ, ਹੈ ਨਾ, ਰਾਕੇ ਤੁਹਾਨੂੰ ਤੁਹਾਡੀਆਂ ਵਾਈਬਸ, ਤੁਹਾਨੂੰ ਆਪਣੀਆਂ ਵਾਈਬਸ ਕਿਹੜੇ ਕਲਾਕਾਰ ਨਾਲ ਮੈਚ ਹੁੰਦੀਆਂ ਲੱਗਦੀਆਂ ਵੀ ਹਾਂਜੀ ਇਹ ਐਕਚੁਅਲ ਦੇ ਵਿੱਚ ਇੱਕ ਐਕਚੁਅਲ ਕਲਾਕਾਰ ਨੇ, ਜਾਂ ਤੁਹਾਡੀ ਤੁਹਾਨੂੰ ਲੱਗਦਾ ਕਿ ਇਹ ਤਾਂ ਮੇਰੀ ਵਾਈਬ ਵਾਲੇ ਕਲਾਕਾਰ ਨੇ, ਇਨਸਾਨ ਨੇ ਜੀ? ਮੇਰੇ ਲਈ ਤਾਂ ਕਲਾਕਾਰ ਜੀ ਸਭ ਤੋਂ ਵੱਡਾ ਕਰਨ ਰੰਧਾਵਾ ਹੀ ਹੈ ਜੀ, ਜਿਹਨਾਂ ਦੇ ਗਾਣੇ ਤੁਸੀਂ ਕੀਤੇ। ਹਾਂਜੀ ਮੇਰਾ ਜ਼ਿੰਦਗੀ ਉੱਥੋਂ ਚੱਲੀ ਆ ਜੀ, ਮੈਂ ਬਹੁਤ ਜ਼ਿਆਦਾ ਚਲੋ ਸਿੰਪਤੀ ਵਾਲੀ ਗੱਲ ਤਾਂ ਨਹੀਂ ਮੈਂ ਕਰੂੰਗਾ, ਮਤਲਬ ਔਖਾ ਸੀਗਾ ਜੀ ਜੀ, ਵੀ ਜਦੋਂ ਉਹ ਮੈਨੂੰ ਮਿਲਿਆ ਫਿਰ ਐਂ ਮੈਨੂੰ ਐਂ ਸੀਗਾ ਵੀ ਰਾਕਿਆ ਮੌਕਾ ਹੀ ਆ ਗਿਆ ਹੋਵੇ, ਇਹਨੂੰ ਬਸ ਹੁਣ ਚੱਕ ਦੇ ਕੰਮ, ਬਸ ਫਿਰ ਜੀ ਆਪਾਂ ਗਾਣਾ ਕੀਤਾ ਉਹ ਚੱਲ ਗਿਆ ਜੀ। ਕਰਨ ਰੰਧਾਵਾ ਮੇਰੇ ਲਈ ਸਭ ਤੋਂ ਵੱਡਾ ਜੀ, ਮੈਂ ਜੋ ਮਰਜ਼ੀ ਬਣ ਜਾ ਜੀ ਉਹ ਬੰਦਾ ਮੇਰੇ ਲਈ ਹਮੇਸ਼ਾ ਉਹੀ ਰਹੂਗਾ, ਕਿਉਂਕਿ ਉਦੋਂ ਮੈਨੂੰ ਮੌਕਾ ਸੀਗਾ ਮੇਰੇ ਵਾਸਤੇ ਵੀ ਮੈਂ ਜ਼ਿੰਦਗੀ ਮੇਰੀ ਇਸ ਇਹਦੇ ਗਾਣੇ ਤੋਂ ਸੁਧਰ ਜਾਊਗੀ ਜੀ। ਜੇ ਹੁਣ ਮੈਂ
ਮੇਰੇ ਚਾਰ ਚੱਲ ਗਏ ਜੇ ਮੈਂ ਕਹਾਂ ਵੀ ਹੁਣ ਤਾਂ ਮੈਂ ਆ ਜੀ ਭੁੱਲ ਜਾ ਮੈਂ ਬਾਕੀ ਵਾਂਗੂ ਨਹੀਂ ਕਰਦਾ ਜੀ ਮੈਂ ਤਾਂ ਬਹੁਤ ਆਸਾਨ ਚੇਤੇ ਰੱਖਣ ਵਾਲਾ ਬੰਦਾ ਜੀ ਨਹੀਂ ਬਹੁਤ ਅੱਛੀ ਗੱਲ ਹੈ ਮੈਨੂੰ ਆਪਣੇ ਟੌਰ ਬਣਾਉਣ 'ਚ ਮੈਨੂੰ ਮਤਲਬ ਵਧੀਆ ਲੱਗਦੀ ਮੈਂ ਤਾਂ ਪ੍ਰੈਕਟੀਕਲ ਜਿਹਾ ਬੰਦਾ ਜੀ ਉਹ ਬੰਦਾ ਮੇਰੇ ਉੱਦਣ ਮੈਨੂੰ ਰੱਬ ਦੀਦਾ ਸੀਗਾ ਜੀ ਅੱਜ ਵੀ ਮੈਨੂੰ ਸਭ ਕੁਝ ਉਹ ਉੱਥੇ ਹੀ ਹੈ ਮੇਰੇ ਲਈ ਬਿਊਟੀਫੁਲ ਰਾਕਾ ਤੁਸੀਂ ਕਿਸੇ ਦੇ ਹੁਣ ਤੱਕ ਵੀ ਥੈਂਕਫੁਲ ਹੋ ਹਾਂਜੀ ਪਲੀਜ਼ ਤੁਸੀਂ ਗੱਲ ਕਰ ਸਕਦੇ ਹੋ ਉਨਾ ਹੀ ਪਿਆਰ ਮੇਰਾ ਅੱਜ ਦਾ ਜੀ ਜਿੰਨਾ ਪਹਿਲੇ ਦਿਨ ਸੀ ਰੱਬ ਕਰੇ ਇੱਦਾਂ ਹੀ ਰਵੇ ਗੱਲ ਜੀ ਕਰਾ ਦੇ ਵਿੱਚ ਵਧੀਆ ਲੋਕ ਖੁਸ਼ ਹੋ ਜਾਣਗੇ ਨਾ ਮੈਂ ਲਾਊਡ ਸਪੀਕਰ ਬਾਅਦ 'ਚ ਲਾਊਂਗਾ ਜੀ ਯਾਰ ਦੋਸਤ ਜੀ ਆ ਗਏ ਅੱਗੋਂ ਪਤਾ ਨਹੀਂ ਕੀ ਕਹਿੰਦੇ ਹੈਲੋ ਭਾਅ ਜੀ ਕੀ ਕਰਦੇ ਤੁਸੀਂ ਮੈਂ ਲਾਊਡ ਸਪੀਕਰ ਲਾਇਆ ਮੈਂ ਕਿਹਾ ਇੰਟਰਵਿਊ 'ਤੇ ਜਾਂਦਾ ਹੈ ਸਾਡੇ ਦਰਸ਼ਕਾਂ ਨਾਲ ਵਿਚਾਰਾਂ ਦੀ ਸਾਂਝ ਪਾਓ ਮਾੜੀ ਮਾੜੀ ਪੁੱਛੋ ਕੁਛ ਮੈਡਮ ਮੈਂ ਘਰੋਂ ਗੱਲ ਇੰਟਰਵਿਊ ਲੈਂਦੀ ਸੀ ਹੈਲੋ ਕਰਨ ਸਤਿ ਸ਼੍ਰੀ ਅਕਾਲ ਕਿਵੇਂ ਹੋ ਵੀਰੇ ਪੁੱਛੋ ਸਵਾਲ ਸਵਾਲ ਪੁੱਛਾਂ ਹਾਂਜੀ ਕੁਛ ਰਾਕਾ ਕਿਹੋ ਜਿਹਾ ਬੰਦਾ ਯਾਰ ਕੁਛ ਵੀ ਬੋਲੀ ਜਾਂਦਾ ਹੈ ਕਹਿੰਦੇ ਮੈਨੂੰ ਕਰਨ ਭਾਅ ਜੀ ਮਿਲੇ ਮੇਰੀ ਜ਼ਿੰਦਗੀ ਬਦਲ ਗਈ ਮੈਂ ਕਿਹਾ ਕਰਨ ਭਾਅ ਜੀ ਦੀ ਬਦਲੀ ਜਾਂ ਨਹੀਂ ਇਹ ਪੁੱਛ ਲੈਂਦੇ ਹਾਂ ਤੁਸੀਂ ਕਿੰਨਾ ਟਾਈਮ ਹੋ ਗਿਆ ਇੰਟਰਵਿਊ ਕਰਦੇ ਨੂੰ ਹੁਣੇ ਕਿੰਨਾ ਟਾਈਮ ਹੋਇਆ ਸਾਨੂੰ ਭਾਅ ਜੀ ਇੰਟਰਵਿਊ ਤਾਂ ਸਾਡੀ ਭਾਵੇਂ ਅੱਧਾ ਘੰਟਾ ਪਹਿਲੇ ਸ਼ੁਰੂ ਹੋਇਆ ਉਦਾਂ ਸਾਨੂੰ 2 ਘੰਟੇ ਹੋ ਗਏ ਗੱਲਾਂ ਕਰਦੇ ਤੁਹਾਨੂੰ ਲੱਗਦਾ ਵੀ ਕਿੰਨਾ ਕੁ ਵੱਖਰਾ ਕਿੰਨਾ ਕੁ ਵੱਖਰਾ ਇਹ ਮੈਨੂੰ ਲੱਗਦਾ ਸਾਰਿਆਂ ਤੋਂ ਹੀ ਵੱਖਰਾ ਨਹੀਂ ਇਹ ਬਹੁਤ ਪ੍ਰੇਜ਼ ਕਰ ਰਹੇ ਨੇ ਐਂਡ ਆਈ ਮਸਟ ਸੇ ਕਿ ਇੰਡਸਟਰੀ ਦੇ ਵਿੱਚ ਜਦੋਂ ਕੋਈ ਬਹੁਤ ਵੱਡਾ ਹਿੱਟ ਹੋ ਜਾਂਦਾ ਅਤੇ ਉਹ ਪਿਛਲੇ ਇਨਸਾਨਾਂ ਦੇ ਲਈ ਥੈਂਕਫੁਲ ਨਹੀਂ ਰਹਿੰਦਾ ਜਾਂ ਦੱਸਣਾ ਉਹਨੂੰ ਲੱਗਦਾ ਕਿ ਨਹੀਂ ਦੱਸਣਾ ਨਾ ਬਟ ਔਨ ਕੈਮਰਾ ਬਹੁਤ ਕਹਿ ਚੁੱਕੇ ਨੇ ਕਿ ਇਹਨਾਂ ਦੀ ਲਾਈਫ ਜਿੰਨੀ ਵੀ ਟਰੈਵਲਿੰਗ ਸੀਗੀ ਇੱਕ ਟਾਈਮ 'ਤੇ ਬਟ ਉਹ ਤੁਹਾਡੇ ਆਉਣ ਤੋਂ ਬਾਅਦ ਇੱਕਦਮ ਲਾਈਫ ਚੇਂਜਰ ਹੋ ਤੁਹਾਨੂੰ ਆਪਣਾ ਲਾਈਫ ਚੇਂਜਰ ਔਰ ਲੱਕੀ ਚਾਮ ਕਹਿ ਰਹੇ ਨੇ ਨਹੀਂ ਮੈਂ ਕਹਿੰਦਾ ਹੁੰਦਾ ਰਾਕਾ ਹਮੇਸ਼ਾ ਹਰ ਵਾਰ ਪਰ ਮੈਨੂੰ ਰਾਕਾ ਸ਼ੁਰੂ ਤੋਂ ਬਹੁਤ ਮਿਹਨਤੀ ਹੈ ਨਾ ਅਤੇ ਆਪਣੇ ਕੰਮ ਮੈਂ ਬਹੁਤ ਪੋਜ਼ਿਟਿਵ ਇਨਸਾਨ ਹਾਂ ਇਹਨੂੰ ਇੱਦਾਂ ਹੀ ਦੇਖਿਆ ਵੀ ਬਹੁਤ ਪੋਜ਼ਿਟਿਵਿਟੀ ਹੈ ਇਹਦੇ ਵਿੱਚ ਹਾਂਜੀ ਅਤੇ ਆਪਣੇ ਇਹ ਆਪਣੀ ਪੋਜ਼ਿਟਿਵਿਟੀ ਕਰਕੇ ਅੱਗੇ ਆਇਆ ਮਤਲਬ ਮੈਂ ਨਹੀਂ ਵੀ ਹੁੰਦਾ ਇਸ ਲਾਈਫ 'ਚ ਜਿਹਨੇ ਉੱਦਾਂ ਵੀ ਅੱਗੇ ਇੱਦਾਂ ਹੀ ਆਉਣਾ ਸੀਗਾ ਅਤੇ ਮੈਂ ਵੀ ਹਮੇਸ਼ਾ ਸਾਡੀਆਂ ਸੇਮ ਰਿਪੀਟ ਲਾਈਨਾਂ ਹੁੰਦੀਆਂ ਇੱਦਾਂ ਹੀ ਹਮੇਸ਼ਾ ਮੈਨੂੰ ਇੱਦਾਂ ਰਹਿੰਦਾ ਅਤੇ ਮੈਂ ਅੱਗੇ ਇੰਨੇ ਇੱਦਾਂ ਹੀ ਰਿਪਲਾਈ ਉਹਨੂੰ ਕਰਦਾ ਹਮੇਸ਼ਾ ਚਲੋ ਬਹੁਤ ਅੱਛੀ ਗੱਲ ਹੈ ਇਸੇ ਤਰ੍ਹਾਂ ਹਮੇਸ਼ਾ ਇਕੱਠੇ ਰਹੋ ਨਾਲ ਰਹੋ ਐਂਡ ਇੱਕ ਦੂਜੇ ਨੂੰ ਪੋਜ਼ਿਟਿਵ ਕਰਦੇ ਰਹੋ ਐਂਡ ਆਲ ਦਾ ਬੈਸਟ ਟੂ ਯੂ ਟੂ ਕਰਨ ਥੈਂਕ ਯੂ ਓਕੇ ਜੀ ਠੀਕ ਹੈ ਭਾਅ ਜੀ ਮੈਂ ਕਰ ਲਵਾਂਗਾ ਗੱਲਾਂ ਲਵਾਂਗਾ ਬੜੀਆਂ ਔਖੀਆਂ ਠੀਕ ਹੈ ਓਕੇ ਚਲੋ ਬਹੁਤ ਅੱਛੀ ਗੱਲ ਹੈ ਜਿਹਨਾਂ ਨੂੰ ਤੁਸੀਂ ਆਪਣੀ ਲਾਈਫ ਚੇਂਜਰ ਮੰਨਦੇ ਹੋ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਹੁਣ ਲਾਸਟ ਦੇ ਵਿੱਚ ਮੈਂ ਇੰਨੀ ਗੱਲ ਹੀ ਪੁੱਛਣਾ ਚਾਹਾਂਗੀ ਕਿ ਰਾਕਾ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਫੀਲ ਕਰਦੇ ਹੋ ਕਿਵੇਂ ਆਪਣਾ ਫਿਊਚਰ ਵੇਖਦੇ ਹੋ ਕਿਵੇਂ ਪਾਸਟ ਦੀਆਂ ਚੀਜ਼ਾਂ ਨੂੰ ਲੈਸਨ ਬਣਾ ਕੇ ਹੁਣ ਲਾਈਫ 'ਚ ਇੰਪਲੀਮੈਂਟ ਕਰ ਰਹੇ ਹੋ ਆਈ ਮੀਨ ਓਵਰਆਲ ਲਾਈਫ ਨੂੰ ਲੈ ਕੇ ਰਾਕਾ ਕੀ ਸੋਚਦੇ ਨੇ ਜੀ ਮੈਂ ਸੋਚਦਾ ਨਹੀਂ ਹੈ ਜੀ ਆਪਣੇ ਆਪ ਹੀ ਹੋ ਜਾਂਦਾ ਇਹ ਤਾਂ ਇੱਥੇ ਬੈਠੇ ਬੈਠੇ ਜੋ ਸਾਡੇ ਦਿਮਾਗ 'ਚ ਆਉਂਦਾ ਜੀ ਉਦੋਂ ਉਦੋਂ ਕੰਮ ਚੱਕਦੇ ਆ ਜੇ ਸਿੱਧੀ ਪੈ ਗਈ ਪੈ ਗਈ ਨਹੀਂ ਪਈ ਤਾਂ ਉਹ ਕੋਈ ਚੱਕਰ ਨਹੀਂ ਹੈ ਇੰਨਾ ਮਤਲਬ ਮੈਂ ਉਹ ਐਕਸਪੈਕਟੇਸ਼ਨਸ ਰੱਖਣ ਵਾਲਾ ਇਨਸਾਨ ਨਹੀਂ ਹੈਗਾ ਮੈਨੂੰ ਆਹ ਵੀ ਚਾਹੀਦਾ ਮੈਂ ਕਿਹੜਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਨਾ ਜੀ ਮੈਂ ਕਿੰਨਾ ਕੁ ਪੈਸਾ ਚਾਹੀਦਾ ਜ਼ਰੂਰਤ ਲਈ ਤੁਸੀਂ ਇਸ ਪਾਸੇ ਆਏ ਹੋ ਵੈਸੇ ਤਾਂ ਪੈਸਾ ਤਾਂ ਦੱਸਾਂ ਹੁਣ ਪੈਸਾ ਤਾਂ ਮੈਨੂੰ ਬਹੁਤ ਚਾਹੀਦਾ ਪਰ ਮੈਨੂੰ ਆਪਣੇ ਵਾਸਤੇ ਲਈ ਨਹੀਂ ਚਾਹੀਦਾ ਜੀ ਅੱਛਾ ਪੈਸਾ ਹੁਣ ਮੈਂ ਤੁਹਾਨੂੰ ਦੱਸਦਾ ਹੁਣ ਮੇਰੇ ਘਰ 'ਚ 5-6 ਜੀ ਆ ਜੀ ਹਾਂਜੀ ਤੇ ਮੇਰਾ ਘਰ ਬਣ ਗਿਆ ਜੀ 5-6 ਕਮਰੇ ਵਾਲਾ ਜੀ ਬਣ ਗਿਆ ਬਣ ਗਿਆ ਜੀ ਕੀ ਬਾਤ ਹੈ ਵਧੀਆ ਉੱਥੇ ਰਹਿ ਜਾਂਦੇ ਆ ਜੀ
ਹੁਣ ਮੇਰੇ ਨਾਲ ਜਿੱਦਾਂ ਮੇਰੇ ਯਾਰ ਦੋਸਤ ਸਾਰੇ ਮਿਹਨਤ ਕਰਦੇ ਆ ਜੀ, ਹੁਣ ਮੂਹਰੇ ਮੈਂ ਆ, ਮੇਰੇ ਪਿੱਛੇ ਟੀਮ ਆ ਮੇਰੀ ਇੱਕ ਜੀ ਜੀ ਜਿਹੜੀ ਬਹੁਤ ਮਿਹਨਤ ਕਰਦੀ ਆ, ਤੇ ਉਹਨਾਂ ਦਾ ਘਰ ਬਾਰ ਓਕੇ ਹੋ ਜੇ, ਮੇਰਾ ਹੋ ਜੇ, ਇੱਕ ਗੱਡੀ ਲੈ ਲਈਏ। ਹੁਣ ਮੇਰੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ ਜੀ ਕੋਈ ਵੀ, ਅਤੇ ਮਾੜਾ ਮੋਟਾ ਇੱਕ ਅੱਧਾ ਕਿੱਲਾ ਲੈ ਲੈਣਾ, ਇਹ ਨਹੀਂ ਵੀ ਮੈਂ 20 ਕਿੱਲੇ ਬਣਾਉਣੇ ਆ, 25 ਕਿੱਲੇ ਬਣਾਉਣੇ ਆ ਜੀ, ਥੋੜ੍ਹੀ ਬਹੁਤੀ ਜ਼ਮੀਨ ਲੈ ਲਾਂਗੇ ਜੀ, ਬਸ ਮੈਂ ਉਹਦੇ ਵਿੱਚ ਸੈਟਿਸਫਾਈ ਹਾਂ। ਹੁਣ ਬਾਕੀ ਤਾਂ ਮੈਂ ਚਾਹੁੰਦਾ ਵੀ ਪੈਸੇ ਮੈਂ ਆਪਦੇ ਪਿੰਡ 'ਤੇ ਲਾਵਾਂ ਜੀ, ਆਪਦੇ ਪਿੰਡ। ਹੁਣ ਸਰਕਾਰਾਂ ਕੋਲ ਪੈਸੇ ਹੈ ਨਹੀਂ ਜੀ, ਸਰਕਾਰਾਂ ਕਿੱਥੋਂ ਲਾਉਣਗੀਆਂ ਵਿਚਾਰੀਆਂ। ਜੀ ਹੁਣ ਆਪਦੇ ਆਪਦੇ ਪਿੰਡ ਦਾ ਜਿੰਮਾ ਚੱਕ ਲਈਏ ਜੀ, ਆਪਦੇ ਪਿੰਡ ਥੋੜ੍ਹਾ ਬਹੁਤਾ ਗਰੋਥ ਕਰ ਦੇਵਾਂ ਕਿਸੇ ਤਰੀਕੇ ਨਾਲ ਜੀ, ਫਿਰ ਮੇਰੇ ਵੱਲ ਦੇਖ ਕੇ ਬਾਕੀ ਵੀ ਕੀ ਪਤਾ ਪਿੰਡ ਵਾਲੇ ਕਰ ਲਾ ਆਪਣੇ ਜੀ, ਸਾਰਾ ਕੁਛ ਵਧੀਆ ਹੋ ਜੇ। ਮੈਂ ਇੱਦਾਂ ਦੀ ਸੋਚ ਰੱਖਣ ਵਾਲਾ ਬੰਦਾ ਜੀ, ਮੈਨੂੰ ਨਾ ਇੰਨਾ ਪੈਸਾ ਮੈਨੂੰ ਉਹ ਨਹੀਂ ਚੀਜ਼ ਮੈਟਰ ਨਹੀਂ ਕਰਦਾ, ਇੱਕ ਦਿਨ ਮਰ ਜਾਣਾ ਜੀ, ਪੈਸਾ ਕੋਈ ਨਾ ਲੈਣੇ। ਤੁਹਾਡਾ ਇਹੀ ਸੁਪਨਾ ਹੈ, ਮਾਂ ਬਾਪ ਦਾ ਵੀ ਸੁਪਨਾ ਇਸੇ ਤਰ੍ਹਾਂ ਦਾ ਪੂਰਾ ਕਰਨਾ ਜੀ। ਉਹ ਤਾਂ ਬਸ ਸਿੰਪਲ ਹੁਣ ਐਡੇ ਹੋ ਗਏ, ਖੁਸ਼ ਹੋ ਗਏ ਜੀ, ਉਹਨਾਂ ਨੂੰ ਤਾਂ ਮੁੱਕ ਗਈਆਂ ਉਹਨਾਂ ਦੀਆਂ, ਉਹ ਬਹੁਤ ਆ ਜਿੰਨਾ ਉਹ ਕਹਿੰਦੇ ਰੱਬ ਨੇ ਦੇ ਦਿੱਤਾ ਵੀ ਤੂੰ ਬਸ ਹੁਣ ਸਹੀ ਸਲਾਮਤ ਰਹਿ, ਆਪਣਾ ਕੰਮ ਧੰਦਾ ਕਰੀ ਜਾ, ਬਸ ਬਹੁਤ ਇੰਨਾ ਵੀ ਇੰਨਾ ਕਿਹੜਾ ਸੋਚੇ, ਬਸ ਤਾਂ ਖੁਸ਼ ਹੈ ਜੀ। ਬਹੁਤ ਸੋਹਣੀ ਗੱਲ ਹੈ, ਮੇਰੇ ਮਾਂ ਹਮੇਸ਼ਾ ਕਹਿੰਦੇ ਨੇ ਵੀ ਜਦੋਂ ਭੁੱਖ ਇਨਸਾਨ ਦੇ ਅੰਦਰ ਹੁੰਦੀ ਹੈ ਨਾ, ਤੇ ਉਹ ਕਦੀ ਵੀ ਆਪਣੀ ਜ਼ਿੰਦਗੀ 'ਚ ਖੁਸ਼ੀ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦਾ। ਬਟ ਤੁਹਾਡੀ ਪ੍ਰੋਫੈਸ਼ਨ ਦੀ ਗੱਲ ਕਰੀਏ, ਪਰਸਨਲੀ ਗੱਲ ਕਰੀਏ, ਰਾਕਾ ਤੁਸੀਂ ਇੰਨੀ ਪੋਜ਼ਿਟਿਵ ਵਾਈਬ ਹੋ ਔਰ ਇੰਨੇ ਸਪਸ਼ਟ ਹੋ ਔਰ ਆਪਣੀ ਸੋਚ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਰੱਖਦੇ ਹੋ, ਮੈਨੂੰ ਲੱਗਦਾ ਹੈ ਕਿ ਵਾਕਈ ਗੱਲਾਂ ਤੋਂ ਸਿੱਖਣਾ ਚਾਹੀਦਾ। ਗਾਣੇ ਤਾਂ ਸਿਰਫ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਹੁੰਦੇ ਨੇ, ਸੋ ਗਾਣੇ ਤਾਂ ਸੁਣਨੇ ਨਹੀਂ ਚਾਹੀਦੇ, ਮਿਲੀਅਨ ਮਿਲੀਅਨ ਉੱਥੋਂ ਹੀ ਆਉਣੇ ਆ। ਉਹ ਜੀ ਗੱਲ ਪਤਾ ਕੀ ਆ, ਹੁਣ ਗਾਣੇ ਲੋਕ ਨਾ ਕਲਾਕਾਰਾਂ ਨੂੰ ਰੱਬ ਹੀ ਬਣਾ ਦਿੰਦੇ ਆ ਜੀ, ਕਲਾਕਾਰਾਂ ਨੂੰ ਮਤਲਬ ਇੰਨੀ ਚੀਜ਼ ਆਈਡਲ ਮੰਨ ਲੈਂਦੇ ਕਲਾਕਾਰਾਂ ਨੂੰ। ਬਟ ਲੜਨਾ ਪਤਾ ਕਿਹਨਾਂ ਕਰਕੇ ਆ ਜੀ, ਹੁਣ ਇਹਨਾਂ ਦੇ ਕਿਸੇ ਦੇ ਸਮਝ ਲਓ ਡੈਡੀ ਨੇ ਪੈਸੇ ਲੈ ਲਏ ਉਧਾਰ ਕੇ, ਤੂੰ ਉੱਥੋਂ ਘਰੇ ਬੰਦੇ ਮੰਗਣ ਵਾਲੇ ਆਉਂਦੇ ਆ ਪੈਸੇ ਦੇ ਸਾਨੂੰ, ਇਹਨਾਂ ਨੇ ਉਹ ਤੇ ਨਹੀਂ ਲੜਨਾ, ਇਹਨਾਂ ਨੇ ਵੀ ਅਸੀਂ ਗਰੀਬੀ ਨਾਲ ਲੜੀ ਆ, ਅਸੀਂ ਆਪਦੇ ਜੇ ਸਾਡੇ ਘਰੇ ਪੈਸੇ ਲੈਣ ਵਾਲੇ ਗੇੜੇ ਮਾਰਦੇ ਆ, ਅਸੀਂ ਉਹਨਾਂ ਦੇ ਪੈਸੇ ਮੋੜੀਏ, ਜਾਂ ਕਿਸੇ ਦੇ ਪੈਸੇ ਕੋਈ ਹੱਕ ਦੇ ਪੈਸੇ ਨਹੀਂ ਦਿੰਦਾ ਉਹਨਾਂ ਦੇ, ਵੀ ਉਹਦੇ ਵਾਸਤੇ ਤੇ ਇਹਨਾਂ ਨੇ ਕਲਾਕਾਰਾਂ ਪਿੱਛੇ ਲੜਨਾ ਜੀ। ਹੁਣ ਮੇਰੇ ਗਾਣੇ ਥੱਲੇ ਕਿਸੇ ਨੇ ਕੋਈ ਕਮੈਂਟ ਕਰਤਾ ਜੀ, ਤੇ ਮੇਰਾ ਦੋਸਤ ਆ ਬੈਠੇ ਆ ਜੀ, ਦਿਖਾਵੇ ਕਹਿੰਦਾ ਵੀ ਤੈਨੂੰ ਕਿਸੇ ਨੇ ਗਾਲ ਕੱਢੀ ਆ, ਉਹਨੂੰ ਥੱਲੇ ਕਹਿੰਦੇ 4 ਗਾਲਾਂ ਕੱਢਤੀਆਂ ਤੇਰੇ ਕਰਕੇ। ਮੈਂ ਕਿਹਾ ਮੈਂ ਨੀ ਚਾਹੁੰਦਾ ਯਾਰ ਮੇਰੇ ਪਿੱਛੇ ਲੜਨੇ, ਮੈਂ ਇਹਨਾਂ ਦੇ ਤੇਰੇ ਦਾਣੇ ਥੋੜੀ ਸਿੱਟਦਾ, ਮੈਂ ਕੀ ਸਵਾਰਦਾ ਇਹਨਾਂ ਦਾ। ਵੀ ਕਲਾਕਾਰ ਤਾਂ ਜੀ ਦੇਖੋ ਆਪਦਾ ਕੋਠੀਆਂ ਮਹਿਲ ਬਣਾ ਲੈਂਦੇ ਆ ਜੀ, ਲੋਕਾਂ ਦਾ ਕੁਛ ਨਹੀਂ ਜੀ, ਜਿੰਨਾ ਲੋਕ ਇਹਨਾਂ ਨੂੰ ਇੱਜ਼ਤ ਦਿੰਦੇ ਆ ਨਾ ਜੀ, ਮੈਨੂੰ ਉਹ ਚੀਜ਼ ਬੜੀ ਚੁੱਭਦੀ ਆ, ਮੈਂ ਨਹੀਂ ਉਹ ਚੀਜ਼ ਚਾਹੁੰਦਾ ਜੀ। ਮੈਂ ਤਾਂ ਕਹਿੰਦਾ ਮੈਨੂੰ ਸੁਣਨਾ, ਮੇਰੇ ਸਬਸਕ੍ਰਾਈਬਰ ਹੀ ਘੱਟ ਜਾਣੇ ਇੰਟਰਵਿਊ ਤੋਂ ਬਾਅਦ, ਹੋਰ ਕੰਮ ਕਰ ਲਾਂਗੇ, ਮੇਰੇ ਤੋਂ ਲੋਕ ਬੇਵਕੂਫ ਨਹੀਂ ਜੀ, ਮੈਂ ਬਣਾ ਸਕਦਾ, ਪਤਾ ਨਹੀਂ ਕੀ ਚੱਕਰ ਆ, ਲੋਕਾਂ ਨੇ ਤਾਂ ਕਲਾਕਾਰਾਂ ਨੂੰ ਇੰਨਾ ਸਿਰ 'ਤੇ ਚੜਾ ਲਿਆ ਜੀ, ਕਲਾ ਹੁਣ ਮੈਂ ਇੰਡਸਟਰੀ 'ਚ ਰਿਹਾ ਹੰਢਿਆ ਵਰਤਿਆ ਬੰਦਾ ਜੀ, ਮੇਰਾ ਸਾਰਿਆਂ ਨਾਲ ਵਧੀਆ ਪਿਆਰ ਆ, ਪਰ ਅੰਦਰ ਖਾਤੇ ਸਾਰਿਆਂ ਨੂੰ ਪਤਾ ਵੀ ਕਲਾਕਾਰ ਝੂਠੇ ਤਾਂ ਝੂਠ ਮਾਰੇ, ਪਖੰਡੀ ਬਾਬਿਆਂ ਦਾ ਕੰਮ ਹੁੰਦਾ ਜੀ, ਜਿੱਦਾਂ ਉਹ ਲੋਕ ਪਿੱਛੇ ਲਾਉਂਦੇ ਆ, ਅਸੀਂ ਵੀ ਝੂਠ ਮਾਰ ਕੇ ਲੋਕ ਪਿੱਛੇ ਲਾਉਂਦੇ ਹਾਂ, ਮੈਂ ਕਹਿੰਦਾ ਲੱਗਣੋਂ ਹਟ ਜਾਣ, ਬਸ ਜ਼ਿੰਦਗੀ ਵਧੀਆ ਹੋ ਗਈ ਜੀ। ਬਿਲਕੁਲ, ਰਾਕਾ ਦਾ ਪੁਆਇੰਟ ਆਫ ਵਿਊ ਜਿਹੜਾ ਮੈਂ ਸਮਝ ਰਹੀ ਹਾਂ, ਰਾਕਾ ਨੂੰ ਇਹ ਲੱਗਦਾ ਕਿ ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਰੱਬ ਮੰਨਣ ਤੋਂ ਚੰਗਾ ਕਿ ਆਮ ਇਨਸਾਨ ਦੀ ਸੋਚ ਨੂੰ ਲੈ ਕੇ ਅੱਗੇ ਤੁਰਿਆ ਜਾਏ, ਤਾਂ ਕਿ ਹਰ ਇੱਕ ਦਾ ਬਣਦਾ ਹੱਕ ਉਸ ਨੂੰ ਮਿਲ ਸਕੇ ਔਰ ਹਰ ਇੱਕ ਆਮ ਇਨਸਾਨ ਨੂੰ ਉਹੀ ਇੱਜ਼ਤ ਮਿਲ ਸਕੇ ਜੋ ਅਸੀਂ ਕਲਾਕਾਰਾਂ ਨੂੰ ਦਿੰਦੇ ਹਾਂ। ਔਰ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਰਾਕਾ ਕਹਿ ਰਹੇ ਨੇ, ਗੀਤ ਫਿਲਮਾਂ ਇਹ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਆ, ਸੋ ਇਹਨੂੰ ਐਂਟਰਟੇਨਮੈਂਟ ਤੱਕ ਰੱਖਿਆ ਜਾਏ, ਉਸਦੇ ਪਿੱਛੇ ਦਾ ਇਨਸਾਨ ਕਿਹੋ ਜਿਹਾ ਹੈ ਉਸਦੀ ਇੱਜ਼ਤ ਹੋਣੀ ਚਾਹੀਦੀ ਹੈ। ਸੋ ਰਾਕਾ ਦੇ ਨਾਲ ਅੱਜ ਬਹੁਤ
ਸਾਰੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ। ਸੋ ਗੱਲ ਬਿਲਕੁਲ ਸਾਫ਼ ਹੈ ਕਿ ਉਹਨਾਂ ਦੇ ਗੀਤ ਸਿਰਫ਼ ਇੱਕ ਮਨੋਰੰਜਨ ਦਾ ਜ਼ਰੀਆ ਹੈ, ਲੇਕਿਨ ਐਕਚੁਅਲ ਦੇ ਵਿੱਚ ਇਨਸਾਨ ਬਹੁਤ ਹੀ ਸਪੱਸ਼ਟ ਹੈ, ਆਮ ਲੋਕਾਂ ਦੇ ਹੱਕ ਦੀ ਗੱਲ ਕਰਦਾ ਔਰ ਬਿਲਕੁਲ ਸਿੰਪਲ ਸਰਲ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿੰਦਾ। ਛੋਟੇ ਜਿਹੇ ਉਹਦੇ ਸੁਪਨੇ ਨੇ ਅਤੇ ਬਸ ਇਸੇ ਤਰ੍ਹਾਂ ਤੁਸੀਂ ਇੱਕ ਅੱਛੇ ਕਲਾਕਾਰ ਨੂੰ ਹਮੇਸ਼ਾ ਮੋਟੀਵੇਟ ਕਰਦੇ ਆਇਓ ਅਤੇ ਕਲਾ ਨੂੰ ਅਤੇ ਕਲਾਕਾਰਾਂ ਨੂੰ ਸਿਰਫ ਕਲਾ ਅਤੇ ਕਲਾਕਾਰਾਂ ਤੱਕ ਹੀ ਰਿਸਪੈਕਟ ਦਿਓ। ਵੈਸੇ ਰੱਖੋ ਇੱਕ ਉਮਰ ਇੰਨੀ ਹੈ ਨਹੀਂ ਜਿੰਨੀ ਸਿਆਣੀਆਂ ਗੱਲਾਂ ਹੈ, ਪਤਾ ਨਹੀਂ। ਬਹੁਤ ਅੱਛੀ ਗੱਲ ਹੈ। ਸੋ ਬਹੁਤ ਅੱਛੇ ਮੈਸੇਜ ਦੇ ਨਾਲ ਇਸ ਇੰਟਰਵਿਊ ਨੂੰ ਅਸੀਂ ਬਾਇੰਡ ਅਪ ਕਰਨਾ ਚਾਹਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਰਾਕਾ ਹੁਣ ਗੱਲਾਂ ਦੇ ਨਾਲ ਨਾਲ ਹੋਰ ਸੋਹਣੇ ਗੀਤ ਜਿਹੜੇ ਨੇ ਉਹ ਸਾਡੀ ਝੋਲੀ ਵਿੱਚ ਪਾਉਣ ਐਂਡ ਹੋਰ ਜ਼ਿਆਦਾ ਐਂਟਰਟੇਨ ਕਰਨ। ਫਿਲਹਾਲ ਤੁਸੀਂ ਉਹਨਾਂ ਦੇ ਸਾਰੇ ਗੀਤਾਂ ਨੂੰ ਇੰਜੋਏ ਕਰ ਰਹੇ ਹੋ, ਬਟ ਮੈਂ ਆਪਣੇ ਪਰਸਨਲ ਲੈਵਲ 'ਤੇ ਵੀ ਇਹੀ ਗੱਲ ਕਹਿਣਾ ਚਾਹਾਂਗੀ ਵੀ ਸਿੱਖਣ ਲਈ ਹੋਰ ਬਹੁਤ ਕੁਛ ਹੈ, ਬਹੁਤ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੋਂ ਅਸੀਂ ਐਕਚੁਅਲ ਉਹ ਸਿੱਖ ਸਕਦੇ ਹਾਂ। ਬਟ ਗੀਤ ਹੋ ਗਏ, ਜਿਹੜੀ ਇੰਡਸਟਰੀ ਹੀ ਐਂਟਰਟੇਨਮੈਂਟ ਦੀ ਹੈ ਉਹਨੂੰ ਐਂਟਰਟੇਨਮੈਂਟ ਤੱਕ ਰੱਖੋ, ਰਿਸਪੈਕਟ ਦਿਓ, ਰਿਸਪੈਕਟ ਅਰਨ ਕਰੋ ਐਂਡ ਮੈਨੂੰ ਲੱਗਦਾ ਹੈ ਕਿ ਇੱਜ਼ਤ ਦੇ ਨਾਲ ਸੋਹਣੀ ਜ਼ਿੰਦਗੀ ਜੀਣੀ ਹੀ ਸਾਡਾ ਹੱਕ ਵੀ ਹੈ ਅਤੇ ਸਾਡਾ ਫਰਜ਼ ਵੀ ਹੈ। ਬਾਕੀ ਆਲਵੇਜ਼ ਕੀਪ ਸਪੋਰਟਿੰਗ ਗੁੱਡ ਸਿਨੇਮਾ, ਗੁੱਡ ਮਿਊਜ਼ਿਕ ਐਂਡ ਮੇਕ ਯੋਰ ਸੈਲਫ ਆਲਵੇਜ਼ ਪੋਜ਼ਿਟਿਵ। ਸੋ ਕੀਪ ਸਮਾਈਲਿੰਗ ਐਂਡ ਕੀਪ ਵਾਚਿੰਗ ਐਂਟਰਟੇਨਮੈਂਟ ਔਰ ਸਿਨੇਮਾ ਐਂਡ ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਸਟੇ ਪੋਜ਼ਿਟਿਵ, ਕੀਪ ਸਮਾਈਲਿੰਗ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।